ਪੰਜਾਬ ਰੰਗ ਵਿੱਚ ਤੁਹਾਨੂੰ ਸਭ ਦਰਸ਼ਕਾਂ ਨੂੰ ਜੀ ਆਇਆਂ ਨੂੰ ਔਰ ਨਿੱਘਾ ਸਵਾਗਤ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਪੰਜਾਬ ਦਾ ਕੋਈ ਖੂਬਸੂਰਤ ਰੰਗ ਲੈ ਕੇ ਆਨੇ ਆ ਯਾਨੀ ਕੋਈ ਐਸੀ ਚੀਜ਼ ਜਿਹੜੀ ਕਿ ਕਮਿਊਨਿਟੀ ਚ ਹੋਣ ਵਾਲੀ ਹੋਏ ਔਰ ਅਸੀਂ ਦਰਸ਼ਕਾਂ ਨੂੰ ਉਹਦੇ ਬਾਰੇ ਜ ਦੱਸਨੇ ਆ ਕਿ ਤੁਸੀਂ ਵੀ ਆਓ ਔਰ ਉਹਦੇ ਸਾਡੇ ਨਾਲ ਸ਼ਾਮਿਲ ਹੋਓ ਅੱਜ ਅਸੀਂ ਗੱਲ ਕਰਨ ਜਾ ਰਹੇ ਆ ਵਰਲਡ ਪੰਜਾਬੀ ਕਾਨਫਰੰਸੀ ਜਿਹੜੀ 23 24 25 ਜੂਨ ਨੂੰ ਸੈਂਚਰੀ ਗਾਰਡਨ ਵਿੱਚ ਹੋਏਗੀ ਔਰ ਅੱਜ ਮੇਰੇ ਨਾਲ ਉਹਦੇ ਸ਼ੁਰੂਆਤ ਆਉਰ ਮੁੰਤਜ਼ਮਿਨ ਸ਼ਾਮਿਲ ਨੇ ਜਿਨ੍ਹਾਂ ਨਾਲ ਅੱਜ ਗੱਲ ਕਰਾਂਗੇ ਕਿ ਐਸਾ ਜਿਹੜਾ ਹੈ ਉਹਦੇ ਬਾਰੇ ਵਿੱਚ تفصیلی ਤੁਹਾਨੂੰ آگاہ ਕਰਨ ਮੇਰੇ ਨਾਲ ਇਸੇ ਸਟੂਡੀਓ ਵਿੱਚ ਮੌਜੂਦ ਨੇ ਐਸ ਪ੍ਰਿਤਪਾਲ ਸਿੰਘ ਜੀ ਔਰ ਸਰਦੋਲ ਸਿੰਘ ਥਿਆਰਾ ਸਾਹਿਬ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਥੈਂਕ ਯੂ ਜੀ ਆ ਥਿਆਰਾ ਸਾਹਿਬ ਥੋੜੀ ਕੋਲੋਂ ਸ਼ੁਰੂ ਕਰਾਂਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਵਰਲਡ ਪੰਜਾਬੀ ਕਾਨਫਰੰਸ ਦੇ ਬਾਰੇ ਵਿੱਚ ਉਹਨਾਂ ਨੂੰ ਆਪਣੀ ਨਿਊਜ਼ ਦਿਓ ਤਰੇ ਸਭ ਤੋਂ ਢੋਲੂ ਸ਼ੁਰੂ ਕਰਾਂਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਸ ਪੰਜਾਬੀ ਕਾਨਫਰੰਸ ਦੇ ਬਾਰੇ ਵਿੱਚ ਕੀ ਸਾਂਝਾ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਟੈਗ ਟੀਵੀ ਪੰਜਾਬ ਰੰਗ ਦੀ ਮੈਨੇਜਮੈਂਟ ਤੇ ਸਾਰੇ ਸਰੋਤਿਆਂ ਨੂੰ ਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਅਸੀਂ ਵਰਲਡ ਪੰਜਾਬੀ ਕਾਨਫਰੰਸ 2009 ਤੋਂ ਇੱਥੇ ਕਰਾ ਰਹੇ ਹਾਂ ਜਿਹੜੀ ਕਿ ਇਸ ਸਾਲ 23 24 25 ਜੂਨ ਨੂੰ ਸੈਂਚਰੀ ਗਾਰਡਨ ਬ੍ਰੈਂਪਟਨ ਬਿਚ 340 ਬੁੱਡਨ ਸਟਰੀਟ ਈਸਟ ਤੇ ਹੋਣ ਜਾ ਰਹੀ ਆ ਇਹ ਜਿਹੜੀ ਕਾਨਫਰੰਸ ਆ ਇਹਦਾ ਵਿਸ਼ਾ ਹੈ ਪੰਜਾਬੀ ਭਾਸ਼ਾ ਦਾ ਭਵਿਕ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਅਸੀਂ ਸਾਰੇ ਰਲ ਕੇ ਯਤਨ ਕਰ ਰਹੇ ਹਾਂ ਟੈਗ ਟੀਵੀ ਦੇ ਗੋਰਾ ਜੀ ਤੇ ਇਸ ਦੇ ਨਾਲ ਨਾਲ ਸਾਡੇ ਨਾਲ ਪਾਕਿਸਤਾਨ ਦੇ ਜਿਹਨੇ ਵੀ ਭਾਈਵਾਲ ਹਨ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਇਸ ਕੰਮ ਵਿੱਚ ਸਾਡੀ ਬਹੁਤ ਸਹਾਇਤਾ ਕੀਤੀ ਹੈ ਇਹ ਜੋ ਵਰਡ ਪੰਜਾਬੀ ਕਾਨਫਰੰਸ ਹੈ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਇਹ ਹੋ ਰਹੀ ਹੈ ਇਹਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਜਿਹੜੇ ਆ ਯੂਨੀਵਰਸਿਟੀ ਦੇ ਵਾਈਸ ਚਾਂਸਰ ਸਭ ਆ ਰਹੇ ਹਨ ਵਾਸ਼ਰੇ ਬੁੱਢੀ ਜੀ ਵੀ ਪਾਕਿਸਤਾਨ ਤੋਂ ਆਲੋੜੀ ਪਹੁੰਚ ਚੁੱਕੇ ਹਨ ਇੰਡੀਆ ਤੋਂ ਪਹੁੰਚ ਚੁੱਕੇ ਹਨ ਸਾਨੂੰ ਆਸ ਹੈ ਕਿ ਹੋਰ ਵੀ ਬੁੱਢੀ ਜੀ ਵੀ 20 ਤਰੀਕ ਤੱਕ ਸਾਡੇ ਕੋ ਸਾਰੇ ਪਹੁੰਚ ਜਾਣਗੇ ਅਸੀਂ ਆਸ ਰੱਖਦੇ ਹਾਂ ਕਿ ਜਿੰਨੀ ਵੀ ਪੰਜਾਬੀ ਨੂੰ ਪ੍ਰਫੁੱਲਤ ਕਰ ਲਈਏ ਇੰਨੀ ਹੀ ਪੰਜਾਬੀ ਜਿਹੜੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਣੀ ਬਹੁਤ ਜ਼ਰੂਰੀ ਆ ਜਿਹੜੀ ਕਿ ਆਪਾਂ ਇੱਥੇ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਪੰਜਾਬੀ ਤੋਂ ਬਹੁਤ ਸਖਣੇ ਹਨ ਪੰਜਾਬੀ ਤੋਂ ਬਹੁਤ ਦੂਰ ਹਨ ਸਾਨੂੰ ਉਹਨਾਂ ਪਰਿਵਾਰਾਂ ਤੱਕ ਅਪਰੋਚ ਕਰਨੀ ਚਾਹੀਦੀ ਆ ਕਿ ਬੱਚਿਆਂ ਨੂੰ ਆਪਣੀ ਮਾਂ ਬੋਲੀ ਸਿਖਾ ਲੈਣ ਤਾਂ ਕਿ ਆਉਣ ਵਾਲੀਆਂ ਪਨੀਰੀਆਂ ਜਿਹੜੀਆਂ ਆ ਇਹ ਬਾਹਰਲੇ ਮੁਲਕਾਂ ਵਿੱਚ ਵੀ ਪੰਜਾਬੀ ਦਾ ਆਨੰਦ ਮਾਣ ਸਕਣ ਇਸ ਕਾਨਫਰੰਸ ਵਿੱਚ ਸਾਡੇ ਪਾਸ ਸਰਦਾਰ ਰਵਿੰਦਰ ਸਿੰਘ ਜੀ ਢਿੱਲੋਂ ਜਿਹੜੇ ਕਿ ਇਸ ਕਾਨਫਰੰਸ ਦੇ ਕਨਵੀਨਰ ਹਨ ਉਹ ਪਹੁੰਚ ਚੁੱਕੇ ਹਨ ਸਰਦਾਰ ਦਲਜੀਤ ਸਿੰਘ ਜੀ ਸਾਡੇ ਵਾਈਸ ਚਾਂਸਲਰ ਸਾਹਿਬ ਜਿਹੜੇ ਕਿ ਅਮਰੀਕਾ ਅੱਜਕੱਲ੍ਹ ਹਨ ਉਹ ਸਾਡੇ ਸਰਪ੍ਰਸਤ ਹਨ ਉਹ ਵੀ ਪਹੁੰਚ ਰਹੇ ਹਨ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸਖਸੀਅਤਾਂ ਜਿਹੜੀਆਂ ਉਹ ਸਾਡੇ ਕੋਲ ਪਹੁੰਚ ਰਹੀਆਂ ਹਨ ਆਪਾਂ ਸਾਰਿਆਂ ਨੂੰ ਇਹ ਅਪੀਲ ਕਰਨੀ ਆ ਕਿ ਫਰਾਈਡੇ 23 ਤਰੀਕ ਨੂੰ ਗਰੀਵਨ 4:30 ਵਜੇ ਲਗਭਗ ਪ੍ਰੋਗਰਾਮ ਸ਼ੁਰੂ ਹੋਣਾ ਜਿਹੜਾ ਕਿ 7 ਵਜੇ ਤੱਕ ਚੱਲਣਾ ਇੱਥੇ ਤਰ੍ਹਾਂ ਹੀ 10 ਵਜੇ ਤੋਂ ਲੈ ਕੇ 7 ਵਜੇ ਤੱਕ ਸੈਟਰਡੇ ਐਂਡ ਸੰਡੇ ਪ੍ਰੋਗਰਾਮ ਹੋਊਗਾ ਉਸ ਪ੍ਰੋਗਰਾਮ ਵਿੱਚ ਅਸੀਂ ਸਾਰੇ ਇਹ ਆਉਣ ਵਾਲੇ ਜਿਹੜੇ ਸਾਡੇ ਦਰਸ਼ਕ ਵੀਰ ਹੋਣਗੇ ਜਿਹੜੇ ਸਾਡੀ ਸੰਗਤ ਹੋਊਗੀ ਉਹਨਾਂ ਨੂੰ ਅਸੀਂ ਚਾਹ ਦਾ ਲੰਗਰ ਬ੍ਰੇਕਫਾਸਟ ਲੰਚ ਸਨੈਕਸ ਡਿਨਰ ਸਾਰਾ ਕੁਝ ਉੱਤੇ ਪ੍ਰੋਵਾਈਡ ਹੋਊਗਾ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਰੇ ਪਰਿਵਾਰਾਂ ਸਮੇਤ ਆਓ ਉਹਨਾਂ ਤਿੰਨ ਦਿਨਾਂ ਦਾ ਜੋ ਵੀ ਤੁਸੀਂ ਇਹ ਪੰਜਾਬੀ ਭਾਸ਼ਾ ਜਿੱਸਾ ਪਾ ਸਕਦੇ ਹੋ ਜਰੂਰ ਪਾਓ ਤਾਂ ਕਿ ਆਪਾਂ ਇਸ ਕਾਨਫਰੰਸ ਨੂੰ ਕਾਮਯਾਬ ਕਰ ਸਕੀਏ ਮੈਂ ਐਡਰੈਸ ਤੁਹਾਨੂੰ ਫਿਰ ਦੱਸ ਦਿੰਨਾ ਜੀ ਸੈਂਚਰੀ ਗਾਰਡਨ 340 ਵੁੱਡਨ ਸਟਰੀਟ ਈਸਟ ਬ੍ਰੈਮਟਨ ਜਿਹੜੀ ਕਿ ਕੈਨੇਡੀ ਤੇ ਕੁਈਨ ਦੇ ਬਿਲਕੁਲ ਨਾਰਥ ਵਾਲੇ ਪਾਸੇ ਹੈ ਆਪਾਂ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਜੇ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਡਾਕਟਰ ਸੰਤੋਖ ਸਿੰਘ ਸੰਧੂ 416 587 7000 ਤੇ ਫੋਨ ਕਰਕੇ ਕੁਝ ਸਾਡੀ ਸਾਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਸਕਦੇ ਆ ਫਿਰ ਉਹ ਹੀ ਪੀਲਾ ਕਿ ਸਾਰੇ ਆਪਾਂ ਹੋਮ ਵਾਕੇ ਪੁੱਛੀਏ। ਪ੍ਰਤਪਾਲ ਸਿੰਘ ਜੀ ਤੁਹਾਡੇ ਵੱਲ ਆਵਾਂਗੇ ਤੁਸੀਂ ਆਪਣੇ ਯੋਗਦਾਨ ਔਰ ਇਸ ਕਾਨਫਰੰਸ ਦੇ ਬਾਰੇ ਆਪਣੇ ਖਿਆਲ ਸਾਡੇ ਨਾਲ ਸਾਂਝੇ ਕਰੋ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਇਹ ਬਾਹਰ ਬੈਠੇ ਪੰਜਾਬੀ ਵੀਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਾਂਭੀ ਬੈਠੇ ਆ ਸੋ ਇਹ ਹੋ ਜੀਆਂ ਕਾਨਫਰੰਸਾਂ ਕਰਾ ਰਹੇ ਆ ਸੋ ਸਾਨੂੰ ਬੜੀ ਖੁਸ਼ੀ ਹੋਈ। ਸੋ ਅਸੀਂ ਵੀ ਸੰਤ ਬਾਬਾ ਭਗਤ ਸਿੰਘ ਯੂਨੀਵਰਸਿਟੀ ਜੋ ਕਿ ਪੰਜਾਬ ਇੰਡੀਆ ਜਲੰਧਰ ਦੇ ਵਿੱਚ ਚੱਲ ਰਹੀ ਆ ਉਹਦੇ ਵੱਲੋਂ ਹਿੱਸਾ ਲੈਣ ਲਈ ਇੱਥੇ ਪਹੁੰਚੇ ਆ ਸੋ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੋ ਕਿ ਵਿਦੇਸ਼ਾਂ ਵਿੱਚ ਵੀ ਤੁਸੀਂ ਇਸ ਪੰਜਾਬੀ ਨੂੰ ਸੰਭੀ ਬੈਠੇ ਆ ਇਹੋ ਜਿਹੀਆਂ ਕਾਨਫਰੰਸਾਂ ਕਰਦੇ ਆ ਲੋਕਾਂ ਨੂੰ ਜਾਣਕਾਰੀ ਦਿੰਨੇ ਆ ਬੱਚਿਆਂ ਨੂੰ ਪੰਜਾਬੀ ਸਿਖਾਉਨੇ ਆ ਸੋ ਬਹੁਤ-ਬਹੁਤ ਮਿਹਰਬਾਨੀ ਜੀ ਸਾਡੇ ਵੱਲੋਂ ਵੀ ਪੂਰਾ ਯੋਗਦਾਨ ਹੈ ਸੋ ਦੂਸਰ ਸਭ ਤੁਹਾਡੇ ਨਾਲ ਗੱਲ ਕਰਾਂਗੀ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਇਸ ਖਾਸ ਤੌਰ ਤੇ ਇਸ ਪੰਜਾਬੀ ਕਾਨਫਰੰਸ ਵਿੱਚ ਆ ਕੇ ਉਹਨਾਂ ਨੂੰ ਕੀ ਕਿਸ ਕਿਸਮ ਦੀ ਤਿਆਰੀ ਦੀ ਜ਼ਰੂਰਤ ਹੈ ਜਾਂ ਫੈਮਿਲੀ ਇਵੈਂਟ ਹੈ ਜਾਂ ਇਹ ਸਿਰਫ ਬ੍ਰੇਨਸਟਾਰਮਿੰਗ ਹੈ ਤੁਸੀਂ ਇਹਦੇ ਬਾਰੇ ਵਿੱਚ ਕੀ ਕਹੋਗੇ ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਤੇ ਇੱਕ ਫੈਮਿਲੀ ਫੰਕਸ਼ਨ ਹੈ ਕੋਈ ਟੈਕਟ ਨਹੀਂ ਸਾਰਾ ਕੁਝ ਫ੍ਰੀ ਹੈ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿੰਨੇ ਸਾਡੇ ਬੁੱਧੀਜੀਵੀ ਇੰਡੀਆ ਤੋਂ ਪਾਕਿਸਤਾਨ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਇੱਥੇ ਪਹੁੰਚ ਰਹੇ ਆ ਉਹਨਾਂ ਦੇ ਜਿਹੜੇ ਵਿਚਾਰ ਆ ਤੁਸੀਂ ਸੁਣੋ ਉਹ ਜਿਹੜੇ ਵਿਚਾਰ ਆ ਉਹ ਤੁਸੀਂ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋ ਕਿ ਅਸੀਂ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਕੀ ਹਿੱਸਾ ਪਾ ਸਕਦੇ ਹਾਂ ਥੋੜਾ ਥੋੜਾ ਹਿੱਸਾ ਪਾਉਣ ਨਾਲ ਹੀ ਜਿਹੜਾ ਸਾਡਾ ਸਮਾਜ ਆ ਉੱਪਰ ਜਾ ਸਕਦਾ ਪੰਜਾਬੀ ਬੋਲੀ ਸਿੱਖਣ ਲਈ ਅਸੀਂ ਕਾਇਦਾ ਨੂਰ ਤਿਆਰ ਕੀਤਾ ਹੈ ਜਿਹਦੇ ਵਿੱਚ ਕੇ ਚਾਰ ਭਾਸ਼ਾਵਾਂ ਹਨ ਪੰਜਾਬੀ ਹਿੰਦੀ ਸ਼ਾਹਮੁਖੀ ਤੇ ਇੰਗਲਿਸ਼ ਜੇ ਨੂੰ ਇੱਕ ਭਾਸ਼ਾ ਆਉਂਦੀ ਹੈ ਉਹ ਹੋਰ ਭਾਸ਼ਾਵਾਂ ਸਿੱਖ ਸਕਦਾ ਹੈ ਇੱਕ ਬਹੁਤ ਵੱਡਾ ਪੰਜਾਬੀ ਕਾਨਫਰੰਸਾਂ ਦੀ ਪੰਜਾਬੀਅਤ ਨੂੰ ਦੇਣਾ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਹਨ ਜਿਸ ਤਰ੍ਹਾਂ ਕਿ ਅਸੀਂ ਨਾਟਕਤਾ ਦੀ ਬੁਖਤਿਆਰ ਕੀਤੀ ਹੈ ਜਿਹਨੂੰ ਕਿ ਤੁਸੀਂ اخلاق ਕਹਿੰਦੇ ਆ ਉਹ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਉਰਦੂ ਵਿੱਚ ਪ੍ਰਿੰਟ ਸ਼ਾਮੁਖਿਸ਼ੇ ਪ੍ਰਿੰਟ ਕਰਾ ਕੇ ਉਹ ਉੱਥੇ ਵੰਡੀ ਆ ਜਿਹੜੀ ਕਿ ਇੱਕ ਆਉਣ ਵਾਲੇ ਜੀਵਨ ਵਿੱਚ ਹਰ ਬੰਦੇ ਲਈ ਬਹੁਤ ਹੀ ਸਹਾਇਤਾ ਪੂਰਵ ਰਿੱਧ ਹੋਈ ਆ ਇਸ ਤਰ੍ਹਾਂ ਹੀ ਅਸੀਂ ਇਦਾਂ ਦੇ ਗਾਇਬ ਗਾਇ ਹੋਰ ਵੀ ਕੰਮਕਾਰ ਕਰਦੇ ਰਹਿੰਦੇ ਆ ਅਜੀ ਪਿਛਲੇ ਵੀਕ ਹੀ ਇੱਕ ਸੈਮੀਨਾਰ ਕਰਾਇਆ ਜਿਹਦੇ ਵਿੱਚ ਬਿਸ਼ਾਲ ਸੀ ਕਿ ਆਪਾਂ ਆਪਣੀ ਜ਼ਿੰਦਗੀ ਜਿਹੜੀ ਆ ਵਧੀਆ ਕਿਦਾਂ ਜੀ ਸਕਦੇ ਆ ਉਹਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਆਏ ਹੋਏ ਸਨ ਸਰਦਾਰ ਪੈਰਾਸਨ ਜੀ ਕੁਦੋਵਾਲ ਇਸ ਦੇ ਨਾਲ ਹੀ ਡਾਕਟਰ ਸੁਲੇਮਾਨ ਆਜ਼ ਤੇ ਹੋਰ ਬਹੁਤ ਸਾਰੇ ਮਾਨਸਿਕ ਸ਼ੀਤਾਂ ਤੋਂ ਸੇ ਪਹੁੰਚੇ ਹੋਏ ਸਨ ਕਿ ਬਹੁਤ ਸਾਰੇ ਯੂਨੀਵਰਸਿਟੀ ਦੇ ਪ੍ਰਿੰਸੀਪਲ ਸਭ ਆਏ ਹੋਏ ਸਨ ਜਿਨ੍ਹਾਂ ਨੇ ਦੱਸਿਆ ਹੈ ਕਿ ਖੁਸ਼ਹਾਲ ਜ਼ਿੰਦਗੀ ਜੀਣ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕੁਛ ਰਹਿਣਾ ਚਾਹੀਦਾ ਹੈ ਆਪਾਂ ਨੂੰ ਗੁਰੂ ਮਹਾਰਾਜ ਜੀ ਓੜ ਲੈ ਕੇ ਜਿਹਨ ਗੀ ਜੀਣੀ ਚਾਹੀਦੀ ਹੈ ਇਹ ਸਾਰੇ ਗੱਲਾਂ ਵਰਤਾਂ ਆਪਾਂ ਇਹਨਾਂ ਵਿਸ਼ਿਆਂ ਤੋਂ ਹੀ ਸਿੱਖ ਸਕਦੇ ਹਾਂ ਇਸੇ ਤਰ੍ਹਾਂ ਹੀ ਜੇ ਤਾਂ ਆਪਾਂ ਕਾਨਫਰੰਸ ਤੇ ਆਵਾਂਗੇ ਬਹੁਤ ਬਹੁਤ ਵੱਖਰੇ ਟਾਈਪ ਦੇ ਬੁੱਧੀਜੀਵੀ ਆਪਾਂ ਆਪਣੇ ਪਰਚੇ ਪੜਨਗੇ ਉਹਨਾਂ ਪਰਚੇ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਹਾਂ ਜੀ ਪ੍ਰੇਪਾਲ ਸਿੰਘ ਜੀ ਤੁਸੀਂ ਕੀ ਸਮਝਦੇ ਹੋ ਕਿ ਇਸ ਕਿਸਮ ਦੀਆਂ ਕਾਨਫਰੰਸਿਸ ਜਿਹੜੀਆਂ ਨੇ ਉਹ ਤੁਹਾਡੇ ਲਈ ਕਿਸ ਤਰ੍ਹਾਂ ਫਾਇਦਾਮੰਦ ਹੋ ਸਕਦੀਆਂ ਨੇ ਦੇਖੋ ਜੀ ਜੋ ਮੈਂ ਪਹਿਲਾਂ ਵੀ ਦੱਸਿਆ ਕਿ ਜੋ ਪੰਜਾਬੀ ਨੂੰ ਸੰਭੀ ਬੈਠੇ ਆ ਬਾਹਰ ਸਾਡੇ ਬੱਚਿਆਂ ਦਾ ਇਥੋਂ ਜੰਪ ਵਾਲੇ ਇਥੋਂ ਦੇ ਆ ਉਹਨਾਂ ਦੀ ਸਕੂਲਿੰਗ ਪੰਜਾਬੀ ਨਹੀਂ ਗਈ ਪਰ ਅਸੀਂ ਇਦਾਂ ਦੀਆਂ ਕਾਨਫਰੰਸਾਂ ਕਰਕੇ ਬੱਚਿਆਂ ਨੂੰ ਘਰ 'ਚ ਪੰਜਾਬੀ ਬੋਲ ਕੇ ਜੋ ਇਹ ਵੀਰ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਬਹੁਤ ਸ਼ਲਾਘਾਯੋਕ ਕਦਮ ਹੈ ਜੀ ਸੋ ਅਸੀਂ ਚਾਹੁੰਦੇ ਆ ਕਿ ਵਰਲਡ ਪੰਜਾਬੀ ਕਾਨਫਰੰਸ ਨੂੰ ਵੱਧ ਤੋਂ ਵੱਧ ਪਰਫੁੱਲਿਤ ਕੀਤਾ ਜਾਵੇ ਜੋ ਕਿ ਹਰ ਸਾਲ ਦੀ ਤਰ੍ਹਾਂ ਕਰਦੇ ਆ ਅਸੀਂ ਸ਼ਾਇਦ ਇਹਨਾਂ ਨੂੰ ਇਨਵੀਟੇਸ਼ਨ ਇਨਵਾਈਟ ਵੀ ਕਰਦੇ ਆ ਕਿ ਸਾਡੇ ਸੰਤ ਬਾਬਾ ਭਗਤ ਸਿੰਘ ਯੂਨੀਵਰਸਿਟੀ ਵਿੱਚ ਵੀ ਇਹ ਕਾਨਫਰੰਸ ਕਰਾਈ ਜਾਵੇ ਥੈਂਕ ਯੂ ਦਰਸ਼ਕੋ ਅਸੀਂ ਮਜ਼ੀਦ ਗੁਫ਼ਤਗੂ ਕਰਾਂਗੇ ਆਪਣੇ ਵਿਚਾਰ ਸਾਂਝੇ ਕਰਾਂਗੇ ਕਾਨਫਰੰਸ ਦੇ ਹੋਰ ਮੈਂਬਰਾਂ ਦੇ ਨਾਲ ਵੀ ਬੇਸਿਕਲੀ ਕਾਨਫਰੰਸ ਦਾ ਮਕਸਦ ਕਨੈਕਟੀਵਿਟੀ ਹੈ ਔਰ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦਾ ਹੈ ਉਹਦੇ ਲਈ ਕੀ ਚੀਜ਼ਾਂ ਫਿਊਚਰ ਲਈ ਬਿਹਤਰ ਹੋ ਸਕਦੀਆਂ ਨੇ ਆਪਣੀ ਮਾਂ ਬੋਲੀ ਤੋਂ ਲੈ ਕੇ ਆਪਣੇ ਵਿਸੇਪ ਤੋਂ ਲੈ ਕੇ ਆਪਣੀ ਓਨਰਸ਼ਿਪ ਤੋਂ ਲੈ ਕੇ ਆਪਣਾ ਕੰਟ੍ਰਿਬਿਊਸ਼ਨ ਤੱਕ ਤੇ ਹੁਣ ਅਸੀਂ ਲੈਨੇ ਆਂ ਛੋਟੀ ਜੀ ਇੱਕ ਬ੍ਰੇਕ ਜਾਗਤ ਪੰਜਾਬੀ ਸਭਾ ਵੱਲੋਂ ਨੌਵੀਂ ਵਰਲਡ ਪੰਜਾਬੀ ਕਾਨਫਰੰਸ 23 24 ਤੇ 25 ਜੂਨ 2023 ਨੂੰ ਸੈਂਚਰੀ ਗਾਰਡਨਜ਼ ਰਿਕਰੀਏਸ਼ਨ ਸੈਂਟਰ ਪ੍ਰੈਂਪਟਨ ਵਿੱਚ ਹੋ ਰਹੀ ਹੈ ਇਸ ਕਾਨਫਰੰਸ ਦੇ ਵਿਸ਼ੇ ਹਨ ਪੰਜਾਬੀ ਭਾਸ਼ਾ ਤੇ ਵਿਦਿਆ ਦਾ ਵਿਸਾਰ ਹੋਰ ਜਾਣਕਾਰੀ ਲਈ ਤੁਸੀਂ ਸੰਤੋਖ ਸਿੰਘ ਸੰਧੂ ਜੋ ਕੋਆਰਡੀਨੇਟਰ ਉਹਨਾਂ ਨਾਲ 416 587 7000 ਤੇ ਸੰਪਰਕ ਕਰ ਸਕਦੇ ਹੋ ਵੈਲਕਮ ਬੈਕ ਦਰਸ਼ਕੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਵਰਲਡ ਪੰਜਾਬੀ ਕਾਨਫਰੰਸ ਦੇ ਕੋਆਰਡੀਨੇਟਰ ਅਰਵਿੰਦਰ ਢਿਲੋਂ ਸਾਹਿਬ ਔਰ ਉਹਨਾਂ ਦੇ ਨਾਲ ਸਰਵੰਤ ਸਿੰਘ ਸਾਹਿਬ ਮੌਜੂਦ ਨੇ ਆਓ ਇਹਨਾਂ ਦੇ ਨਾਲ ਸਾਂਝਾ ਕਰਨੇ ਆ ਕਿ ਅਸੀਂ ਇਸ ਕਾਨਫਰੰਸ ਦੇ ਬਾਰੇ ਵਿੱਚ ਇਹਨਾਂ ਦੀ ਪੂਰੀ ਇਨਫੋਰਮੇਸ਼ਨ ਔਰ ਇਹਨਾਂ ਦਾ ਯੋਗਦਾਨ ਜਾਣੀਏ ਜੀ ਢਿਲੋਂ ਸਾਹਿਬ ਜੋ ਵਰਲਡ ਪੰਜਾਬੀ ਕਾਨਫਰੰਸ ਲਗਾਤਾਰ ਹੋ ਰਹੀ ਹੈ ਇਹਦਾ ਸੁਸਾਇਟੀ ਨੂੰ ਤਾਂ ਇੱਕ ਵੱਡਾ ਯੋਗਦਾਨ ਹੈ ਪਰ ਅੱਜ ਜਦੋਂ ਗਲੋਬਲਾਈਜੇਸ਼ਨ ਦੇ ਵਿੱਚ ਪਛਾਹਵਾ ਖਤਮ ਹੋ ਰਹੀਆਂ ਨੇ ਉਹਨਾਂ ਪਛਾਹਵਾ ਨੂੰ ਬਚਾਉਣ ਵਾਸਤੇ ਮੈਂ ਸਿਰਫ ਇੱਕ ਭਾਸ਼ਾ ਦੀ ਗੱਲ ਨਹੀਂ ਕਰਦਾ ਮੈਂ ਪਛਾਹਵਾ ਦੀ ਗੱਲ ਕਰ ਰਿਹਾ ਸੰਸਾਰ ਵਿੱਚ ਪਛਾਹਵਾ ਖਤਮ ਹੋ ਰਹੀ ਹੈ ਅੱਜ ਅਸੀਂ ਕੈਨੇਡਾ ਦੇ ਵਿੱਚ ਗੱਲ ਕਰ ਰਹੇ ਹਾਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਪਿਛਲੇ 100 ਸਾਲ ਦੇ ਵਿੱਚ ਜਿਸ ਤਰ੍ਹਾਂ ਪਛਾਹਵਾ ਖਤਮ ਹੋਈਆਂ ਖੇਤਰੀ ਪਛਾਹਵਾ ਖਤਮ ਹੋਈਆਂ ਗਲੋਬਲਾਈਜੇਸ਼ਨ ਦੇ ਵਿੱਚ ਪਛਾਹਵਾ ਇੱਕ ਨਿਯਮਬੱਧ ਤਰੀਕੇ ਨਾਲ ਜੋ ਸਾਮਰਾਜਵਾਦੀ ਤਾਕਤਾਂ ਉਹਨਾਂ ਤੇ ਹਮਲਾ ਕਰਦੀਆਂ ਅਸੀਂ ਉਹ ਤੋਂ ਅਣਜਾਣ ਮੈਨੂੰ ਇਹ ਗੱਲ ਹਮੇਸ਼ਾ ਚੰਗੀ ਲੱਗਦੀ ਹੈ ਕਿ ਕੋਈ ਇੱਕ ਉਹ ਪਾਸ਼ਾ ਹੈ ਪੰਜਾਬੀ ਭਾਸ਼ਾ ਜਿਹਨੇ ਆਪਣੀ ਧਰਤੀ ਤੋਂ ਹਟ ਕੇ ਇਹਨੂੰ ਬਚਾਉਣ ਵਾਸਤੇ ਯਤਨ ਸ਼ੁਰੂ ਕੀਤਾ ਜਦੋਂ ਦੁਨੀਆ ਦੇ ਵਿੱਚ 1980 ਦੇ ਵਿੱਚ ਪਹਿਲੀ ਵਾਰ ਪਾਸ਼ਾਵਾ ਤੇ ਕਾਨਫਰੰਸ ਹੁੰਦੀ ਹੈ ਇੰਗਲੈਂਡ ਦੇ ਵਿੱਚ ਤਾਂ ਉਹ ਪੰਜਾਬੀ ਭਾਸ਼ਾ ਦੀ ਕਾਨਫਰੰਸ ਹੁੰਦੀ ਹੈ ਤੇ ਇਸ ਕਰਕੇ ਇਹਨਾਂ ਕਾਨਫਰੰਸਾਂ ਦੀ ਮਹੱਤਤਾ ਇਸ ਕਰਕੇ ਹੋਰ ਵੱਧ ਜਾਂਦੀ ਹੈ ਕਿ ਅਸੀਂ ਉਹ ਲੋਕ ਆ ਜਿਹਨੂੰ ਕਿਸੇ ਯੁੱਗ ਦੇ ਵਿੱਚ ਬਾਬਾ ਨਾਨਕ ਨੇ ਇੱਕ ਸ਼ਬਦ ਦਿੱਤਾ ਸੀ ਤੇ ਦਸਮ ਪਾਤਸ਼ਾਹ ਨੇ ਉਹਨੂੰ ਸ਼ਬਦ ਗੁਰੂ ਦਾ ਰਤਬਾ ਦਿੱਤਾ ਤੇ ਅਸੀਂ ਉਹ ਸ਼ਬਦ ਨੂੰ ਪਰਨਾਈ ਲੋਕਾਂ ਸਾਡਾ ਤਾਂ ਅਸਲ ਦੇ ਵਿੱਚ ਕਾਨਫਰੰਸ ਦਾ ਰੰਭ ਜਦੋਂ ਗੁਰਨਾਨਕ ਪਾਤਸ਼ਾਹ ਗੋਸ਼ਟ ਰਚਾਉਂਦੇ ਨੇ ਉੱਥੋਂ ਹੋ ਜਾਂਦਾ ਇਸ ਕਰਕੇ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਉਸ ਭਾਸ਼ਾ ਨੂੰ ਬਚਾਉਣ ਉਸ ਭਾਸ਼ਾ ਦੇ ਪਸਾਰ ਲਈ ਯਤਨ ਕਰੀਏ ਤੇ ਇਹਨਾਂ ਭਾਸ਼ਾਵਾਂ ਦਾ ਹਮੇਸ਼ਾ ਹਰ ਦੌਰ ਦੇ ਵਿੱਚ ਇੱਕ ਅਹਿਮ ਰੋਲ ਰਿਹਾ ਹੈ ਤੇ ਕੈਨੇਡਾ ਵਾਲੀ ਕਾਨਫਰੰਸ ਖਾਸ ਕਰ ਇਥੇਕ ਪੰਜਾਬ ਵਸਦਾ ਹੈ ਤੇ ਉਸ ਪੰਜਾਬ ਦੇ ਵਿੱਚ ਪੰਜਾਬੀ ਦਾ ਸੰਵਾਦ ਹੁੰਦਾ ਹੈ ਤਾਂ ਮੈਨੂੰ ਲੱਗਦਾ ਹੁੰਦਾ ਹੈ ਕਿ ਉਹ ਯਤਨ ਹੈ ਜਿਸ ਨੇ ਸਾਰੀ ਦੁਨੀਆ ਨੂੰ ਦੁਨੀਆ ਦੇ ਬਾਕੀ ਪਛਾਣਨ ਨੂੰ ਬਚਾਉਣ ਦਾ ਇੱਕ ਸੰਦੇਸ਼ ਦਿੰਦਾ ਹੈ ਸਰਵਨ ਸਿੰਘ ਸਭ ਥੋੜੇ ਵੱਲ ਆਵਾਂਗੀ ਤੁਸੀਂ ਆਪਣੇ ਯੋਗਦਾਨ ਔਰ ਆਪਣੇ ਖਿਆਲਤ ਇਸ ਕਾਨਫਰੰਸ ਦੇ ਬਾਰੇ ਵਿੱਚ ਸੈਡਨਲ ਸੰਜੇ ਕਰੋ ਬਹੁਤ ਹੀ ਸਤਿਕਾਰਯੋਗ ਸਾਡੇ ਦਰਸ਼ਕ ਜਿਹੜੇ ਇਸ ਪ੍ਰੋਗਰਾਮ ਦੇ ਨਾਲ ਹੁਣ ਜੁੜ ਚੁੱਕੇ ਹੈ ਅਸੀਂ ਏ ਜਿਹੜੀ ਵਰਲਡ ਪੰਜਾਬੀ ਕਾਨਫਰੰਸ ਤੇ 24 25 ਨੂੰ ਹੋ ਰਹੀ ਆ ਉਹਦੇ ਵਿੱਚ 올 ਓਵਰ ਵਰਲਡ ਤੋਂ ਅਸੀਂ ਉਹ ਬੁੱਧੀਜੀਵ ਉਹ ਨੌਲੇਜ ਵਾਲੇ ਬੰਦੇ ਉਹ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ ਹੁੰਦਾ ਤੇ ਲਿਖਿਆ ਵੀ ਹੁੰਦਾ ਔਰ ਜਿਹੜੇ ਫਿਲਾਸਫਰ ਨੇ ਔਰ ਜਿਹੜੇ ਯੂਨੀਵਰਸਿਟੀਆਂ ਦੇ ਹੈੱਡ ਨੇ ਅਸੀਂ ਉਹਨਾਂ ਨੂੰ ਸਾਦੇ ਆ ਉਹਨਾਂ ਦੀ ਲਾਈਫ ਤੋਂ ਉਹਨਾਂ ਦੇ ਨੌਲੇਜ ਤੋਂ ਅਸੀਂ ਆਪਣੀ ਸਾਂਝ ਪਾਉਨੇ ਆ ਆਪਣੇ ਇੱਥੇ ਜਿਹੜੇ ਪੰਜਾਬੀ ਅਸੀਂ ਹੈਗੇ ਆ ਮੈਂ 1970 ਚ ਆਇਆ ਸੀ ਮੈਂ ਦੇਖਿਆ ਸੀ ਕਯੂਬਿਕ ਦੇ ਵਿੱਚ ਮੈਂ ਆਇਆ ਸੀ ਮੌਂਟਰੀਅਲ ਉਦੋਂ ਮੈਂ ਦੇਖਿਆ ਕਿ ਉਹ ਲੋਕ ਆਪਣੀ ਮਾਂ ਬੋਲੀ ਨੂੰ ਕਿੰਨਾ ਪਰਫੁੱਲਤ ਰੱਖਣ ਦੀ ਕਿੰਨੀ ਕੋਸ਼ਿਸ਼ ਕਰਦੇ ਆ ਅਸੀਂ ਇੱਥੇ ਆ ਕੇ ਇੰਗਲਿਸ਼ ਸਿੱਖ ਲਈ ਫ੍ਰੈਂਚ ਵੀ ਥੋੜੀ ਬਾਲੀ ਸਿੱਖ ਲਈ ਪਰ ਅਸੀਂ ਇਹ ਮੈਂ ਟੋਰਾਂਟੋ ਆ ਕੇ ਮੈਨੂੰ 20 ਸਾਲ ਹੋ ਗਿਆ ਟੋਰਾਂਟੋ ਆਏ ਨੂੰ ਕਿਉਂਕਿ ਮੇਰੇ ਬੱਚੇ ਇੱਥੇ ਸੀ ਪਰ ਮੈਂ ਇਸ ਚੀਜ਼ ਨੂੰ ਬੜਾ ਐਪਰੀਸ਼ੀਏਟ ਕੀਤਾ ਕਿ ਇਹ ਛੱਟਾ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਨੇ ਏ ਮੜਕੇ ਜਿਹੜਾ ਇਹ ਉਪਰਾਲੇ ਕੀਤੇ ਆ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੇ ਜਾਂ ਇਹਨੂੰ ਉੱਚਾ ਉੱਠਣ ਲਈ ਜਾਂ ਅਸੀਂ ਪੰਜਾਬ ਚੋਂ ਉੱਠ ਕੇ ਆਏ ਆ ਜਿਹੜਾ ਪੰਜਾਬ ਵੀ ਆਪਣੀ ਮਾਂ ਬੋਲੀ ਨੂੰ ਅਸੀਂ ਕਾਇਮ ਰੱਖਾਂਗੇ ਤਾਂ ਹੀ ਸਾਡਾ ਸਰਵਾਈਵ ਬਸੀਂ ਕਰ ਸਕਾਂਗੇ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਇੱਕ ਦੋ ਦੇ ਬਾਅਦ ਅਸੀਂ ਰੁੱਲ ਜਾਵਾਂਗੇ ਗਵਾ ਜਾਵਾਂਗੇ ਪੰਜਾਬੀ ਨੂੰ ਕੋਈ ਪਛਾਣੂ ਨਹੀਂ ਸੋ ਮੈਂ ਵੀ ਜਦੋਂ ਦਾ ਇਹਨਾਂ ਦੇ ਨਾਲ ਜੁੜਿਆ ਮੈਂ ਘਰ ਦੇ ਵਿੱਚ ਬੱਚਿਆਂ ਦੇ ਨਾਲ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦਾ ਔਰ ਉਹ ਵੀ ਕੋਸ਼ਿਸ਼ ਕਰਦੇ ਆ ਪੰਜਾਬੀ ਲਰਨ ਕਰਦੀ ਇਹ ਸਾਡਾ ਹੁਣ ਇਹ ਉਪਰਾਲਾ ਜਿਹੜਾ ਆ ਇਹ ਸਾਰੀਆਂ ਫੈਮਿਲੀਜ਼ ਲਈ ਜਾਗਰੂਤ ਕਰਦਾ ਕਿ ਅਸੀਂ ਇਸ ਪੰਜਾਬੀ ਨੂੰ ਅਲਾਈਵ ਰੱਖਣ ਲਈ ਇਦਾਂ ਦੇ ਉਪਰਾਲੇ ਕਰਦੇ ਰਹੀਏ ਤੇ ਮੈਂ ਤੇ ਬਹੁਤ ਐਪਰੀਸ਼ੀਏਟ ਕਰਦਾ ਕਿ ਇਹਨਾਂ ਦਾ ਸਾਰਿਆਂ ਦਾ ਜਿਹੜੀ ਟੀਮ ਇਹ ਕਰ ਰਹੇ ਨੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਜਿਹੜੀ ਵੀ ਆ ਔਰ ਮੈਂ ਇਹਨਾਂ ਨੂੰ ਬਹੁਤ ਐਪਰੀਸ਼ੀਏਟ ਵੀ ਕਰਦਾ ਥੈਂਕ ਯੂ ਵੀ ਕਰਦਾ ਬਈ ਬਹੁਤ ਚੰਗਾ ਉਬਰਾਲਾ ਆ ਕਿ ਇਹ ਆਪਾਂ ਸਾਰਿਆਂ ਨੂੰ ਜਿੰਨੇ ਵੀ ਆਪਾਂ ਪੰਜਾਬੀ ਆ ਜਾਂ ਦੂਜੇ ਵੀ ਧਰਮਾਂ ਦੇ ਡਸਨਟ ਮੈਟਰ ਕੋਈ ਪਾਕਿਸਤਾਨ ਤੋਂ ਹੋਵੇ ਚਾਹੇ ਜਿਹੜਾ ਪੰਜਾਬ ਨੂੰ ਬਿਲੋਂਗ ਕਰਦਾ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰੀਏ ਬਈ ਆਓ ਇਕੱਠੇ ਹੋ ਕੇ ਹੰਬਲਾ ਮਾਰੀਏ ਇਸ ਪੰਜਾਬੀ ਨੂੰ ਪਰਫੁੱਲਤ ਕਰਨ ਲਈ ਆਪਾਂ ਸਫਲਤਾ ਪ੍ਰਾਪਤ ਕਰੀਏ ਇਸ ਰਸਤੇ ਤੁਰੀਏ ਔਰ ਤੁਹਾਡਾ ਵੀ ਸਾਥ ਹੈ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਸਾਰੇ 22 23 24 ਨੂੰ 23 24 25 ਨੂੰ ਸਾਰੇ ਜਾਣੇ ਉੱਥੇ ਪਹੁੰਚੋ ਤੇ ਇਸ ਚੀਜ਼ ਦਾ ਫਾਇਦਾ ਉਠਾਓ ਸਾਨੂੰ ਤੁਸੀਂ ਸਲਾਹ ਵੀ ਦੇ ਸਕਦੇ ਆ ਤੁਸੀਂ ਅਸੀਂ ਤੁਹਾਨੂੰ ਸੁਣਾਂਗੇ ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਦਾ ਟੈਗ ਟੀਵੀ ਵਾਲਿਆਂ ਦਾ ਵੀ ਜਿਹੜਾ ਸਾਨੂੰ ਇਹਨਾਂ ਨੇ ਟਾਈਮ ਦਿੱਤਾ ਤੁਹਾਡੇ ਰੂਬਰੂ ਹੋਣ ਦਾ ਥੈਂਕ ਯੂ ਵੈਰੀ ਮੱਚ ਤੁਸੀਂ ਸਤਿ ਅਰਥੀ ਵੱਲ ਵਾਪਸ ਆਵਾਂਗੇ ਤੁਸੀਂ ਬੜੀ ਵਧੀਆ ਗੱਲ ਕੀਤੀ ਬਹੁਤ ਹੀ ਸੋਹਣੀ ਗੱਲ ਮੈਨੂੰ ਬਹੁਤ ਅੱਛੀ ਲੱਗੀ ਕਿ ਪੂਰੀ ਦੇਸ਼ਾਂ ਦੇ ਵਿੱਚ ਹਰ ਜਗ੍ਹਾ ਜ਼ੁਬਾਨਾਂ ਦਾ ਦਰਅਸਲ ਕ੍ਰਾਈਸਿਸ ਬਹੁਤ ਜ਼ਿਆਦਾ ਤੇ ਇਸ ਪੂਰੀ ਸਿਚੁਏਸ਼ਨ ਵਿੱਚ ਤੁਸੀਂ ਇੰਡੀਆ ਵਿੱਚ ਬਹੁਤ ਜ਼ਿਆਦਾ ਜੁੜੇ ਹੋਏ ਹੋ ਲਿਟਰੇਚਰ ਐਂਡ ਆਰਟ ਦੇ ਨਾਲ ਔਰ ਜ਼ੁਬਾਨ ਦੇ ਵਿਸ਼ੇ ਨੂੰ ਲੈ ਕੇ ਵੀ ਚੱਲਦੇ ਹੋ ਤੇ ਤੁਸੀਂ ਕੀ ਸਮਝਦੇ ਹੋ ਕਿ ਗਲੋਬਲ ਪੰਜਾਬੀ ਦੇ ਉੱਤੇ ਔਰ ਇੰਡੀਆ ਦਿਨਾਲ ਕਨੈਕਟੀਵਿਟੀ ਪੰਜਾਬੀ ਜ਼ੁਬਾਨ ਦੇ ਸਿਮਿਲਰ ਹੈ ਜਾਂ ਕਿ ਕਲਚਰਲ ਡਿਫਰੈਂਸ ਜਿਹੜੇ ਨੇ ਉਹ ਉਹਨੂੰ ਫਰਕ ਕਰ ਦਿੰਦੇ ਨੇ ਇਹ ਫਰਕ ਹਮੇਸ਼ਾ ਹੁੰਦਾ ਹੈ ਭਾਸ਼ਾ ਸਿਰਫ ਭਾਸ਼ਾ ਨਹੀਂ ਹੁੰਦੀ ਭਾਸ਼ਾ ਦੇ ਨਾਲ ਇੱਕ ਸੱਭਿਆਚਾਰ ਇੱਕ ਉਸ ਮਿੱਟੀ ਦੀ ਰਹਿਤਲ ਜੁੜੀ ਹੁੰਦੀ ਹੈ ਜਦੋਂ ਭਾਸ਼ਾ ਮਰਦੀ ਹੈ ਉਹਦੇ ਨਾਲ ਬਹੁਤ ਕੁਝ ਮਰਦਾ ਹੈ ਉਹ ਇੰਡੀਆ ਹੋਵੇ ਕੈਨੇਡਾ ਹੋਵੇ ਇੰਗਲੈਂਡ ਹੋਵੇ ਮਾਈਗ੍ਰੇਸ਼ਨ ਕੋਈ ਅੱਜ ਦੀ ਨਹੀਂ ਹੋ ਰਹੀ 18ਵੀਂ ਸਦੀ ਤੋਂ ਕੈਨੇਡਾ ਚ ਜਦੋਂ ਪਹਿਲੀਆਂ ਸਾਡੀਆਂ ਪੀੜ੍ਹੀਆਂ ਹੁੰਦੀਆਂ ਨੇ ਉਸ ਹਰ ਦੌਰ ਦੇ ਵਿੱਚ ਭਾਸ਼ਾ ਨੂੰ ਸੰਕਟ ਆਇਆ ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਆ ਤਾਂ ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ ਬੜੇ ਲੋਕ ਕਹਿੰਦੇ ਆ ਕਿ ਸਰਕਾਰਾਂ ਭਾਸ਼ਾ ਦੀ ਕਦਰ ਨਹੀਂ ਕਰਦੀਆਂ ਸਰਕਾਰਾਂ ਕਦੇ ਵੀ ਕਦਰ ਨਹੀਂ ਕਰਦੀਆਂ ਜਿਸ ਦਬਾਬ ਦੀ ਅਸੀਂ ਗੱਲ ਕਰ ਰਹੇ ਹਾਂ ਨਾ ਪੰਜਾਬੀ ਦੀ ਉਹ ਕਦੇ ਵੀ ਕਿਸੇ ਸਰਕਾਰੀ ਸਰਪ੍ਰਸਤੀ ਦੀ ਜ਼ਬਾਨ ਨਹੀਂ ਸੀ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਖਾਲਸਾ ਰਾਜ ਦੇ ਨਾਲ ਜਾਣਦੇ ਹਾਂ ਕਿ ਉਦੋਂ ਪੰਜਾਬੀ ਜ਼ਬਾਨ ਸਰਕਾਰੀ ਜ਼ਬਾਨ ਸੀ ਕਿ 150 ਸਾਲ ਸੰਘਰਸ਼ ਕਰਦਾ ਹੈ ਪਹਿਲਾ ਮੁਗਲ ਇੰਪੀਰੀਅਲਿਜ਼ਮ ਆਉਂਦਾ ਹੈ ਬ੍ਰਿਟਿਸ਼ ਇੰਪੀਰੀਅਲਿਜ਼ਮ ਆਉਂਦਾ ਉਸ ਦੌਰ ਦੇ ਵਿੱਚ ਪੰਜਾਬੀ ਕਿੱਥੇ ਸਰਕਾਰੀ ਭਾਸ਼ਾ ਸੀ ਪਛਾਹ ਮਾਂ ਸਰਵਾਈਵ ਕਰਦੀਆਂ ਨੇ ਆਪਣੀ ਮਿੱਟੀ ਲੋਕਾਂ ਦੇ ਸੱਭਿਆਚਾਰ ਲੋਕਾਂ ਦੀ ਰਹਿਤਲ ਤੇ ਉਸ ਨਾਲ ਜੁੜੇ ਲੋਕਾਂ ਨਾਲ ਤੇ ਉਸ ਰਹਿਤ ਨੂੰ ਬਚਾਉਣ ਵਾਸਤੇ ਸਭ ਤੋਂ ਵੱਡਾ ਰੋਲ ਦੋ ਜਗ੍ਹਾ ਦਾ ਹੁੰਦਾ ਹੈ ਅਸੀਂ ਇੱਕ ਘਰ ਕਹਿ ਦਿੰਨੇ ਆ ਇੱਕ ਸਕੂਲ ਕਹਿ ਦਿੰਨੇ ਆ ਪਰ ਮੈਨੂੰ ਲੱਗਦਾ ਹੁੰਦਾ ਮੈਂ ਇੱਕ ਤੀਜੀ ਚੀਜ਼ ਨੂੰ ਇਸ ਤੋਂ ਵੱਡੀ ਮੰਨਦਾ ਉਹ ਮਦਰਸੇ ਉਹ ਸਕੂਲ ਉਹ ਘਰਾਂ ਤੋਂ ਉੱਤੇ ਆ ਜੋ ਸਾਡੀਆਂ ਮਾਵਾਵਾਂ ਹੁੰਦੀਆਂ ਨੇ ਜਦੋਂ ਮਾਵਾ ਉਸ ਭਾਸ਼ਾ ਨੂੰ ਸਿਖਾਉਂਦੀ ਹੈ ਜਿਸ ਬੱਚੇ ਨੂੰ ਤਾਂ ਫਿਰ ਅਸੀਂ ਰਸੂਲ ਹਮਜ਼ਾ ਤੌਬ ਨੂੰ ਯਾਦ ਕਰਦੇ ਹਾਂ ਜਦੋਂ ਕਹਿੰਦੀ ਹੈ ਕਿ ਤੂੰ ਉਸ ਮੁਲਕ ਦੇ ਵਿੱਚ ਆਪਣੀ ਜ਼ੁਬਾਨ ਭੁੱਲ ਗਿਆ ਤਾਂ ਤੂੰ ਮੇਰੇ ਲਈ ਮਰ ਗਿਆ ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਇੱਕ ਸਿਰਫ ਜ਼ਬਾਨ ਦਾ ਖਤਮ ਨਾ ਸੋਚੋ ਵੀ ਜ਼ਬਾਨ ਖਤਮ ਹੋ ਰਹੀ ਹੈ ਉਹ ਇੱਕ ਜਨਰੇਸ਼ਨ ਦੇ ਨਾਲ-ਨਾਲ ਤੁਹਾਡਾ ਕਲਚਰ ਤੁਹਾਡੀ ਰਹਿਤਲ ਤੁਹਾਡਾ ਸੱਭਿਆਚਾਰ ਖਤਮ ਹੋ ਰਿਹਾ ਇਸ ਕਰਕੇ ਦੁਨੀਆ ਦਾ ਕੋਈ ਵੀ ਕੋਨਾ ਹੋਵੇ ਤੁਸੀਂ ਇਸ ਜ਼ਬਾਨ ਦੇ ਮਾਮਲੇ ਨੂੰ ਇਸ ਤਰ੍ਹਾਂ ਨਹੀਂ ਦੇਖ ਸਕਦੇ ਜਿਸ ਤਰ੍ਹਾਂ ਤੁਸੀਂ ਗਲੋਬਲਾਈਜੇਸ਼ਨ ਦੇ ਵਿੱਚ ਬਾਕੀ ਚੀਜ਼ਾਂ ਨੂੰ ਦੇਖਦੇ ਬਹੁਤ ਸ਼ੁਕਰੀਆ ਤੁਹਾਡੇ ਖਿਆਲਤ ਬਹੁਤ ਬਹੁਤ ਸੋਚ ਵਿਚਾਰ ਵਾਲੇ ਨੇ ਔਰ ਉਹ ਪਹਿਲੇ ਹੀ ਦੱਸ ਰਹੇ ਨੇ ਕਿ ਪੰਜਾਬੀ ਕਾਨਫਰੰਸ ਸਾਡੀ ਜਿਹੜੀ ਹੈ ਉਹ ਕਿਸ ਕਦਰ ਸੂਝਵਾਨ ਕਿਸਮ ਦੇ ਲੋਕਾਂ ਦੇ ਨਾਲ ਹੋਣ ਵਾਲੀ ਹੈ ਜਾਣ ਤੋਂ ਪਹਿਲੇ ਅਸੀਂ ਦਰਸ਼ਕਾਂ ਨੂੰ ਕੋਈ ਪੈਗਾਮ ਦੇਣਾ ਚਾਹੁੰਦੇ ਹਾਂ ਯੇ ਕੋਈ ਕਿਸੇ ਕਿਸਮ ਦਾ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਪਲੀਜ਼ ਬਿਲਕੁਲ ਅਸੀਂ ਤਿੰਨ ਮਾਵਾਂ ਦੀ ਕਦਰ ਕਰਦੇ ਹਾਂ ਜਿਹੜੇ ਲੋਕ ਜੰਮਨ ਵਾਲੀ ਮਾਂ ਦੀ ਕਦਰ ਕਰਦੇ ਆ ਉਹ ਆਪਣੀ ਜ਼ੁਬਾਨ ਦੀ ਕਦਰ ਕਰਦੇ ਆ ਤੇ ਮੈਂ ਮਹਿਸੂਸ ਕਰਦਾ ਹੁੰਨਾ ਕਿ ਜੇ ਤੁਸੀਂ ਉਸ ਮਾਂ ਦੀ ਕਦਰ ਕਰਦੇ ਹੋ ਤਾਂ ਤੁਸੀਂ ਆਪਣੀ ਜ਼ੁਬਾਨ ਦੀ ਕਦਰ ਜ਼ਰੂਰ ਕਰੋਗੇ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਉਸ ਜ਼ੁਬਾਨ ਨਾਲ ਜੋੜਨ ਦਾ ਯਤਨ ਕਰੋਗੇ ਸਵਨ ਸਿੰਘ ਸਾਹਿਬ ਜੀ ਤੁਸੀਂ ਕੋਈ ਦੇਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਪੈਗਾਮ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਮਦਰ ਟੰਗ ਹੁੰਦੀ ਆ ਮਾਂ ਦੀ ਬੋਲੀ ਹੁੰਦੀ ਆ ਉਥੋਂ ਆਪਾਂ ਜਦੋਂ ਜਨਮ ਲੈਂਦੇ ਆ ਉਥੋਂ ਅਸੀਂ ਲੈਂਗੁਏਜ ਸ਼ੁਰੂ ਕਰਦੇ ਆ ਅੱਜ ਕਿਸੇ ਗੋਰੇ ਦਾ ਬੱਚਾ ਤੁਸੀਂ ਅਡਾਪਟ ਕਰਕੇ ਘਰ ਦੇ ਵਿੱਚ ਉਹਨੂੰ ਡਿਵੈਲਪ ਕਰੋਗੇ ਨਾ ਵੱਡਾ ਜਿੱਦਾਂ ਹੋਊਗਾ ਤੇ ਉਹ ਜਿਹੜੀ ਮਾਂ ਜਿਹੜੀ ਘਰ ਦੇ ਵਿੱਚ ਲੈਂਗੁਏਜ ਅਸੀਂ ਬੋਲਾਂਗੇ ਉਹੋ ਹੀ ਬੋਲਣ ਲੱਗੂਗਾ ਇਹ ਇਹ ਬਹੁਤ ਜ਼ਰੂਰੀ ਆ ਕਿ ਸਾਨੂੰ ਉਪਰਾਦੇ ਜ਼ਰੂਰ ਕਰਨੇ ਚਾਹੀਦੇ ਆ ਜੇ ਉਪਰਾਲੇ ਕਰਾਂਗੇ ਤਾਂ ਹੁਣ ਮੈਂ ਤੇ ਫ੍ਰੈਂਚਾਂ ਦੇ ਵਿੱਚ ਰਹਿ ਕੇ ਆਇਆ ਮੈਂ ਦੇਖਿਆ ਉਹ ਉਹ ਆਪਣੀ ਬੋਲੀ ਨੂੰ ਕਿੱਦਾਂ ਰੱਖ ਰਹੇ ਆ ਮਾਂ ਬੋਲੀ ਨੂੰ ਅਸੀਂ ਇੰਗਲਿਸ਼ ਦੇ ਨਾਲ ਜਿਆਦਾ ਜੁੜ ਗਏ ਪਤਾ ਨਹੀਂ ਸਾਡੇ ਨਾਲ ਬਈ ਗੋਰਿਆਂ ਨੇ ਉੱਥੇ ਰਾਜ ਕੀਤਾ ਕਰਕੇ ਅਸੀਂ ਇਸ ਚੀਜ਼ ਦਾ ਕਈ ਵਾਰੀ ਪ੍ਰਾਊਡ ਮਹਿਸੂਸ ਕਰਦੇ ਹਾਂ ਕਿ ਅਸੀਂ ਇੰਗਲਿਸ਼ ਬੋਲਦੇ ਹਾਂ ਤੇ ਪਰ ਮੈਂ ਇਹ ਕਹੂੰਗਾ ਕਿ ਆਪਾਂ ਪੰਜਾਬੀ ਦੇ ਨਾਲ ਜੁੜੇ ਰਹੀਏ ਇਹ ਸਾਡੀ ਕਲਚਰ ਜਿੱਦਾਂ ਇਹਨਾਂ ਨੇ ਕਿਹਾ ਢਿੱਲੋਂ ਸਾਹਿਬ ਨੇ ਵੀ ਕਲਚਰ ਨੂੰ ਵੀ ਦਰਸਾਉਂਦਾ ਹੁਣ ਤੁਸੀਂ ਭੰਗੜਾ ਪਾ ਰਹੇ ਹੋ ਤਾਂ ਤੁਸੀਂ ਹੁਣ ਅੰਗਰੇਜ਼ੀ ਦੇ ਗੀਤ ਲਾ ਕੇ ਥੋੜੀ ਭੰਗੜਾ ਪਾਓਗੇ ਇਹ ਸਾਡੇ ਕਲਚਰ ਨੂੰ ਵੀ ਲਾਈਵ ਰੱਖਦਾ ਸੋ ਥੈਂਕ ਯੂ ਵੈਰੀ ਮਚ ਤੁਹਾਡਾ ਵੀ ਟਾਈਮ ਦੇਣ ਦਾ ਥੈਂਕ ਯੂ ਬਹੁਤ 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 ਸ਼ੁਕਰੀਆ ਬੜੀ ਮਿਹਰਬਾਨੀ ਦਰਸ਼ਕੋ ਅਸੀਂ ਅੱਜ ਗੱਲ ਕਰ ਰਹੇ ਹਾਂ ਪੰਜਾਬੀ ਕਾਨਫਰੰਸੀ ਜਿਹੜੀ 23 24 25 ਜੂਨ ਨੂੰ ਹੋਣ ਜਾ ਰਹੀ ਏ ਇਹਦੇ ਮੈਨੇਜਮੈਂਟ ਦੇ ਸਾਰੇ ਲੋਕੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਅਸੀਂ ਮਜ਼ੀਦ ਇਸ ਇਹਦੇ ਮੈਂਬਰਸ ਦੇ ਨਾਲ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲੇ ਅਸੀਂ ਜਾਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਲੈ ਜਗਤ ਪੰਜਾਬੀ ਸਭਾ ਵੱਲੋਂ ਨਵੀਂ ਵਰਲਡ ਪੰਜਾਬੀ ਕਾਨਫਰੰਸ 23 24 ਤੇ 25 ਜੂਨ 2023 ਨੂੰ ਸੈਂਚਰੀ ਗਾਰਡਨਜ਼ ਰਿਕਰੀਏਸ਼ਨ ਸੈਂਟਰ ਪ੍ਰੈਂਪਟਨ ਵਿੱਚ ਹੋ ਰਹੀ ਹੈ ਇਸ ਕਾਨਫਰੰਸ ਦੇ ਵਿਸ਼ੇ ਹਨ ਪੰਜਾਬੀ ਭਾਸ਼ਾ ਤੇ ਵਿਦਿਆ ਦਾ ਵਿਸਾਰ ਹੋਰ ਜਾਣਕਾਰੀ ਲਈ ਤੁਸੀਂ ਸੰਤੋਖ ਸਿੰਘ ਸੰਧੂ ਜੋ ਕੋਆਰਡੀਨੇਟਰ ਉਹਨਾਂ ਨਾਲ 416 587 7000 ਤੇ ਸੰਪਰਕ ਕਰ ਸਕਦੇ ਹੋ ਵੈਲਕਮ ਬੈਕ ਦਰਸ਼ਕੋ ਅੱਜ ਸਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਕਾਨਫਰੰਸ ਦੀ 23 24 25 ਜੂਨ ਨੂੰ ਸੈਂਚਰੀ ਗਾਰਡਨ ਵਿੱਚ ਹੋਣ ਜਾ ਰਹੀ ਹੈ ਇਸ ਵੇਲੇ ਮੇਰੇ ਕੋਲ ਮੌਜੂਦ ਨੇ ਉਹਦੇ ਚੇਅਰਮੈਨ جناب ਅਜੀਤ ਸਿੰਘ ਛੱਠਾ ਸਾਹਿਬ ਔਰ ਉਹਦੇ ਨਾਲ ਨਾਲ ਅੰਟੈਰੀਓ ਫਰੈਂਡਸ ਕਲੱਬ ਦੇ ਪਿਆਰਾ ਸਿੰਘ ਕੁਦਵਾਲ ਜੀ ਅਸੀਂ ਇਹਨਾਂ ਨਾਲ ਇਹਨਾਂ ਦੇ ਇਸ ਕਾਨਫਰੰਸ ਦੇ حوالے ਨਾਲ ਗੱਲ ਕਰਾਂਗੇ ਕਿ ਇਹਨਾਂ ਦਾ ਕੀ ਯੋਗਦਾਨ ਹੈ ਜੀ ਛੱਠਾ ਸਾਹਿਬ ਸਭ ਤੋਂ ਪਹਿਲੇ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਇਹਦੇ ਵਿੱਚ ਜਿਹੜੇ ਸਪੀਕਰਸ ਨੇ ਉਹ ਕੌਣ ਇਹਦੇ ਵਿੱਚ ਆ ਕੇ ਬੋਲ ਸਕਦਾ ਹੈ ਕੌਣ ਇਹਦੇ ਵਿੱਚ ਆ ਕੇ ਕੀ ਰਿਕੁਆਇਰਮੈਂਟਸ ਨੇ ਉਹਦੀਆਂ ਰੀਮਾ ਜੀ ਇਹ ਕੀ ਵਰਲਡ ਪੰਜਾਬੀ ਕਾਨਫਰੰਸ ਇਹਨਾਂ ਦੇ ਵਿਸ਼ੇ ਪਹਿਲਾਂ ਦੱਸੇ ਹੋਏ ਹੈਗੇ ਆ ਸਬਜੈਕਟ ਦੱਸਿਆ ਹੋਇਆ ਵੀ ਪੰਜਾਬੀ ਭਾਸ਼ਾ ਤੇ ਸਿੱਖਿਆ ਦਾ ਪਸਾਰ ਉਹਨਾਂ ਰਾਈਟਰਾਂ ਦੇ ਜਿਨ੍ਹਾਂ ਨੇ ਪਹਿਲਾਂ ਆਲਰੇਡੀ ਪੇਪਰ ਖੋਜ ਪੱਤਰ ਭੇਜੀ ਹੋਈ ਹੈਗੀ ਆ ਜਿਨ੍ਹਾਂ ਸਿਰਫ ਉਹ ਹੀ ਉਸ ਦਿਨ ਬੋਲ ਸਕਦੇ ਹੁੰਦੇ ਹੈਗੇ ਆ ਜੀ ਤੇ ਬਾਕੀ ਬੰਦੇ ਜਿਹੜੇ ਆ ਕੇ ਸੁਣ ਸਕਦੇ ਹੈਗੇ ਆ ਪਰ ਉਸ ਦਿਨ ਬੋਲੂਗਾ ਤੇ ਕਿਉਂਕਿ ਕਾਨਫਰੰਸ ਦੀ ਗੱਲ ਹੈਗੀ ਆ ਜੇ ਤਾਂ ਕੋਈ ਹੋਰ ਇਵੈਂਟ ਹੋਵੇ ਕੋਈ ਬੰਦਾ ਉਸੇ ਵੇਲੇ ਆ ਕੇ ਬੋਲ ਸਕਦਾ ਕਿਉਂਕਿ ਘਟੋ ਘਟ ਵੀ 4 ਮਹੀਨੇ ਤੋਂ ਪ੍ਰੋਸੈਸ ਚੱਲ ਰਿਹਾ ਹੈਗਾ ਲੋਕਾਂ ਨੇ ਆਪਣੇ ਖੋਜ ਪੱਤਰ ਭੇਜੇ ਹੋਏ ਹੈਗੇ ਆ ਬੋਲ ਤਾਂ ਉਹੀ ਸਕਣਗੇ ਜਿਨ੍ਹਾਂ ਦੇ ਪੇਪਰ ਸਾਡੇ ਕੋਲ ਆਏ ਹੋਏ ਹੈਗੇ ਆ ਤੇ ਸਾਡੀ ਕਮੇਟੀ ਨੇ ਪਾਸ ਕੀਤੇ ਹੋਏ ਹੈਗੇ ਆ ਤੇ ਬਾਕੀ ਸੁਣ ਜਿਹੜਾ ਹੈਗਾ ਉਹ ਮਰਜ਼ੀ ਸਕਦਾ ਹੈਗਾ ਪਰ ਬੋਲਣ ਦੇ ਨਾਲੋਂ ਸੁਣਨ ਵਾਲਾ ਗਿਆਨ ਜ਼ਿਆਦਾ ਜ਼ਿਆਦਾ ਲੈ ਕੇ ਜਾਂਦਾ ਬੋਲਣ ਵਾਲਾ ਦਾ ਸਿਰਫ ਆਪਦਾ ਗਿਆਨ ਦਰੋਂਦਾ ਹੀ ਆ ਉਨੂੰ ਕੋ ਜਿਆਦਾ ਬੈਨੀਫਿਟ ਨਹੀਂ ਹੁੰਦਾ ਤੇ ਸੁਣਨ ਵਾਲੇ ਨੂੰ ਗਿਆਨ ਜਿਆਦਾ ਮਿਲਦਾ ਹੈਗਾ ਤੇ ਉਹਨੂੰ ਫਾਇਦਾ ਹੁੰਦਾ ਹੈਗਾ ਪਿਆਰ ਸਿੰਘ ਜੀ ਤੁਹਾਡਾ ਕੀ ਯੋਗਦਾਨ ਹੈ ਤੁਸੀਂ ਪਿਛਲੀ ਦਫਾ ਤੇ ਕਵੀ ਦਰਬਾਰ ਕੀਤਾ ਸੀ ਇਸ ਵਾਰੀ ਤੁਸੀਂ ਕੀ ਯੋਗਦਾਨ ਪਾਣ ਜਾ ਰਹੇ ਈਸ਼ਵਰ ਵੀ ਇਹ ਬਹੁਤ ਮੁਸ਼ਕਲ ਕੰਮ ਹੈ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਇਸ ਵਾਰ ਵੀ ਮੈਂ ਸਦਿਆ ਹਲੀਮਾ ਸਾਹਿਬਾ ਆਪ ਜੀ ਦੇ ਨਾਲ ਮਿਲ ਕੇ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਦੇ ਆਖਰੀ ਦਿਨ ਜਿਹੜਾ ਕਵੀ ਦਰਬਾਰ ਹੁੰਦਾ ਉਹ ਅਸੀਂ ਕਰਵਾਵਾਂਗੇ ਅਸੀਂ ਉਸ ਨੂੰ ਪੂਰੀ ਤੰਦੇਹੀ ਨਾਲ ਡਬਾਵਾਂਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਪਿਛਲੀ ਕਾਨਫਰੰਸ ਵਿੱਚ ਵੀ ਸਾਡੇ ਕੋਲ ਕਵੀ ਜਿਹੜੇ ਜਿਹੜੇ ਨੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਪਿਛਲੀ ਵਾਰੀ ਵੀ ਤਕਰੀਬਨ 40 ਤੋਂ ਉੱਪਰ ਜਿਹੜੇ ਸ਼ਾਇਰ ਨੇ ਆਏ ਸੀ ਔਰ ਉਹਨਾਂ ਨੂੰ ਅਸੀਂ ਬਕਾਇਦਾ ਉਹਨਾਂ ਦੇ ਵੰਡ ਕਰਕੇ ਟਾਈਮ ਜਿਹੜਾ ਅਸੀਂ ਉਹ ਜ਼ਰੂਰ ਦਵਾਂਗੇ ਔਰ ਅਸੀਂ ਬੇਨਤੀ ਕਰਾਂਗੇ ਸਾਰੇ ਸ਼ਾਇਰਾਂ ਨੂੰ ਕਵੀਆਂ ਨੂੰ कि अगर ਤੁਸੀਂ ਇੰਟਰਸਟਡ ਹੋ ਕਾਨਫਰੰਸ ਦੇ ਵਿੱਚ ਕਵਤਾ ਬੋਲਣ ਲਈ ਤੇ ਆਪਣੀ ਕੋਈ ਵਧੀਆ ਨਵੀਂ ਰਚਨਾ ਜਿਹੜੀ ਆ ਉਹ ਲੈ ਕੇ ਆਉਣ ਤਾਂ ਕਿ ਇਸ ਕਾਨਫਰੰਸ ਦਾ ਹਿੱਸਾ ਬਣ ਸਕਣ ਔਰ ਉਸ ਨੂੰ ਘੱਟ ਤੋਂ ਘੱਟ ਟਾਈਮ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕਰਨ ਮੈਂ ਇਹਗਾਉ ਅੱਜ ਇੱਥੇ ਟੀਵੀ ਤੇ ਹੀ ਕਹਿ ਦਿੰਦਾ ਕਿਉਂਕਿ ਜਦੋਂ ਉੱਥੇ ਕਹਿੰਦਾ ਤੇ ਕਈ ਵਾਰੀ ਦੋਸਤ ਨਰਾਜ਼ ਹੋ ਜਾਂਦੇ ਨੇ ਤਾਂ ਤੁਸੀਂ ਆਪ ਜਿਹੜੀ ਕਵਤਾ ਵੀ ਬੋਲਣੀ ਆ ਉਹਦੀ ਬੋਲ ਕੇ ਪ੍ਰੈਕਟਿਸ ਕਰੋ ਪਹਿਲਾਂ 2-4 ਦਿਨ ਔਰ ਉਹਦੇ ਵਾਸਤੇ ਟਾਈਮ ਲੋਡ ਕਰੋ ਕਿ ਕੀ ਤੁਹਾਡਾ ਟਾਈਮ ਵਿਦਨ 5 ਮਿੰਟਸ ਹੋ ਰਿਹਾ ਆ ਤਾਂ ਕਿ ਅਸੀਂ ਵੱਧ ਤੋਂ ਵੱਧ ਸ਼ਾਇਰਾਂ ਨੂੰ ਉਹਦੇ ਵਿੱਚ ਟਾਈਮ ਦੇ ਸਕੀਏ ਔਰ ਆਪ ਜੀ ਜਦੋਂ ਨਾਲ ਹੁੰਦੇ ਹੋ ਤੇ ਕਵੀ ਦਰਬਾਰ ਕਰਨ ਦਾ ਸੁਣਨ ਦਾ ਇੱਕ ਆਨੰਦ ਹੀ ਹੋਰ ਹੁੰਦਾ ਹੈ ਕਿਉਂਕਿ ਤੁਸੀਂ ਜਦੋਂ ਸਾਨੂੰ ਸਟੇਜ ਕਰਦੇ ਹੋ ਤੇ ਜਿਹੜੀਆਂ ਇੰਟੈਲੈਕਚੁਅਲ ਗੱਲਾਂ ਨਾਲ ਦੱਸਣੀਆਂ ਹੁੰਦੀਆਂ ਸਾਂਝੀਆਂ ਕਰਨੀਆਂ ਹੁੰਦੀਆਂ ਦੋਸਤਾਂ ਦੇ ਨਾਲ ਸਰੋਤਿਆਂ ਦੇ ਨਾਲ ਉਹਦਾ ਇੱਕ ਆਨੰਦ ਹੀ ਵੱਖਰਾ ਹੈ ਤੇ ਮੇਰਾ ਖਿਆਲ ਹੈ ਇਸ ਵਾਰ ਵੀ ਕਵੀ ਦਰਬਾਰ ਵਧੀਆ ਰਹੇਗਾ ਤੇ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਕੋਈ ਨਾਰਾਜ਼ ਹੋ ਕੇ ਨਾ ਜਾਵੇ ਪਿਆਰੇ ਸਿੰਘ ਸਾਹਿਬ ਤੁਸੀਂ ਇਹ ਦੱਸੋ ਕਿ ਇਸ ਕਾਨਫਰੰਸ ਦੇ ਬੈਨੇਫਿਸ਼ਰੀ ਕੌਣ ਫਾਇਦਾ ਕਿੰਨੂੰ ਹੁੰਦਾ ਹੈ ਕਿ ਇਹ ਕਿਸੇ ਕੋਈ ਫਾਇਦਾ ਹੁੰਦਾ ਵੀ ਹੈ ਜਾਂ ਇਹ ਬੇਕਾਰ ਜੀ ਚੀਜ਼ ਹੈ ਬਹੁਤ ਵਧੀਆ ਸਵਾਲ ਹੈ ਔਰ ਅਸੀਂ 2009 ਤੋਂ ਇਹ ਕਾਨਫਰੰਸਾਂ ਜਿਹੜੀਆਂ ਕਰਵਾਉਂਦੇ ਆ ਰਹੇ ਹਾਂ ਸਤਾਜਾਇਬ ਸਿੰਘ ਦੀ ਛੱਟਾ ਔਰ ਜਿਹੜੀ ਸਾਡੀ ਟੀਮ ਹੈ ਇਹ 2009 ਤੋਂ ਲਗਾਤਾਰ ਇਹ ਕੰਮ ਕਰ ਰਹੇ ਔਰ ਸਦਿਆ ਜੀ ਇੰਟਰਸਟਿੰਗ ਗੱਲ ਇਹ ਹੈ ਕਿ 2009 ਤੋਂ ਹੀ ਇਹ ਸਵਾਲ ਕੋਈ ਨਾ ਕੋਈ ਜ਼ਰੂਰ ਪੁੱਛਦਾ ਵੀ ਇਹਨਾਂ ਦਾ ਫਾਇਦਾ ਕੀ ਹੈ ਇਹਦਾ ਫਾਇਦਾ ਕਿਸ ਨੂੰ ਹੁੰਦਾ ਦੇਖੋ ਇਸਦਾ ਫਾਇਦਾ ਸਾਨੂੰ ਸਾਰਿਆਂ ਨੂੰ ਹੁੰਦਾ ਔਰ ਖਾਸ ਤੌਰ ਤੇ ਉਹਨਾਂ ਨੂੰ ਹੁੰਦਾ ਜਿਹੜੇ ਇਹਦੇ ਵਿੱਚ ਪੂਰੀ ਤਨਦੇਹੀ ਨਾਲ ਸ਼ਾਮਲ ਹੁੰਦੇ ਨੇ ਪੂਰਾ ਟਾਈਮ ਬੈਠਦੇ ਨੇ ਜਿਵੇਂ ਚੇਅਰਮੈਨ ਸਾਹਿਬ ਨੇ ਕਿਹਾ ਕਿ ਸੁਣਨ ਵਾਲਿਆਂ ਨੂੰ ਜ਼ਿਆਦਾ ਫਾਇਦਾ ਹੁੰਦਾ ਮੈਂ ਤੁਹਾਨੂੰ ਇੱਕ ਟਾਈਮ ਅਗਰ ਹੈਗਾ ਤੇ ਛੋਟੀ ਜੀ ਕਹਾਣੀ ਸੁੋਣੀ ਚਾਹਣਾ ਵੀ ਇੱਕ ઋષਿ ਸੀ ਤੇ ਉਹਦੀ ਕੁਟਿਆ ਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਚੇਲਾ ਆਇਆ ਤੇ ਉਹਨੂੰ ਕੋਈ ਕੰਮ ਦੇ ਰਿਆ ਸੀਗਾ ਉਹ ਹਰ ਕੰਮ ਨੂੰ ਥੋੜਾ ਜਿਹਾ ਅਨਿਕਾਨੀ ਕਰੇ ਸ਼ੁਰੂ-ਸ਼ੁਰੂ ਚ ਹੁੰਦਾ ਨਾ ਬੰਦੇ ਦਾ ਮਨ ਜਿਹੜਾ ਉਚਾਰਟ ਰਹਿੰਦਾ ਤੇ ਇੱਕ ਦਿਨ ਰਿਸ਼ੀ ਨੇ ਉਹਨੇ ਕਹਿ ਪੀ ਆ ਦੋ ਟੋਕਰੇ ਪਏ ਨੇ ਔਰ ਉਹ ਕੋਲਿਆਂ ਦੇ ਉਹਦੇ ਵਿੱਚ ਢੋਆ ਜਾਂਦਾ ਸੀ ਤੇ ਬੜੇ ਲਿਬੜੇ ਹੋਏ ਸੀ ਉਹ ਕਹਿੰਦੇ ਜਾ ਟੋਕਰਾ ਲੈ ਜਾ ਤੇ ਨਦੀ ਤੋਂ ਪਾਣੀ ਲੈ ਆ ਉਹ ਸਵਾਲ ਜਵਾਬ ਕਰਨ ਲੱਗਿਆ ਵੀ ਬੜਾ ਪਰੇਸ਼ਾਨ ਪੀ ਟੋਕਰੇ 'ਚ ਪਾਣੀ ਕਿਦਾ ਹੋਊਗਾ ਖੈਰ ਉਹਨੇ ਕਿਹਾ ਵੀ ਗੁਰੂ ਨੇ ਕਿਹਾ ਉਹ ਚਲਾ ਗਿਆ ਔਰ ਉਹ ਨਦੀ 'ਚ ਗਿਆ ਔਰ ਟੋਕਰੇ 'ਚ ਪਾਣੀ ਪਾਣ ਦੀ ਕੋਸ਼ਿਸ਼ ਕੀਤੀ ਉਹਨੇ ਕਰਦਾ ਰਿਹਾ ਚਲੋ ਫੇਰ ਉਹ ਆ ਗਿਆ ਮੁੜ ਕੇ ਪਾਣੀ ਜਿਹੜਾ ਹੈਗਾ ਉਹ ਚੁੰਦਾ ਆ ਰਿਹਾ ਫੇਰ ਆ ਗਿਆ ਉਹ ਕਹਿੰਦਾ ਕੋਈ ਫੇਕ ਕੋਸ਼ਿਸ਼ ਕਰ ਸ਼ਾਇਦ ਇਸ ਵਾਰੀ ਪਾਣੀ ਆ ਜਾਏਗਾ ਮੈਂ ਇਧਰ ਬੈਠ ਕੇ ਮੰਤਰ ਪੜਦਾ ਕਿਉਂਕਿ ਰਿਸ਼ੀ ਵੀ ਬੜੇ ਉਸਤਾਦ ਹੁੰਦੇ ਸੀਗੇ ਤੇ ਉਹਨੇ ਸੋਚਿਆ ਕਿ ਸ਼ਾਇਦ ਕੋਈ ਗੁਰੂ ਮਾ ਜਿਹੜਾ ਹੈ ਕਰਾਮਾਤ ਕਰ ਦੇ ਆਉਂ ਦੂਸਰੀ ਵਾਰੀ ਫਿਰ ਗਿਆ ਪਾਣੀ ਲੈਣ ਵਾਸਤੇ ਉਹ ਫੇਰ ਵੀ ਉਦਾਂ ਹੀ ਪਾਣੀ ਚੋਂਦਾ ਆ ਫੇਰ ਪਹੁੰਚ ਗਿਆ ਉੱਤੇ ਤੇ ਦੂਜੀ ਵਾਰੀ ਵੀ ਉਹ ਹੀ ਨਰਾਸ਼ਤਾ ਗੁਰੂ ਨੇ ਫੇਰ ਤੀਜੀ ਵਾਰੀ ਭੇਤਾ ਉਹ ਅਫਸਰ ਤੇ ਬੜਾ ਹੋਇਆ ਪਰ ਉਹ ਫੇਰ ਗਿਆ ਔਰ ਪਾਣੀ ਲੈ ਕੇ ਆ ਜਿਹੜਾ ਟੋਕਰੇ ਚ ਪਾਣੀ ਲੈਣ ਗਿਆ ਪਰ ਪਾਣੀ ਕਿੱਥੋਂ ਆਣਾ ਸੀ ਟੋਕਰੇ ਚ ਉਹ ਜਦੋਂ ਆਇਆ ਕਹਿੰਦਾ ਗੁਰੂ ਜੀ ਤੁਸੀਂ ਮੈਨੂੰ ਕੀ ਕੰਮ ਦੇ ਰਹੇ ਹੋ ਕਿ ਇਹ ਪਾਣੀ ਤਾਂ ਆ ਨਹੀਂ ਰਿਹਾ ਟੋਕਰੇ ਵਿੱਚ ਕਦੀ ਪਾਣੀ ਆਇਆ ਅਜੇ ਤੱਕ ਉਹ ਕਹਿੰਦਾ ਉਹ ਤਾਂ ਬਾਅਦ ਦੀ ਗੱਲ ਆ ਪਰ ਹੁਣ ਤੂੰ ਟੋਕਰੇ ਵੱਲ ਦੇਖ ਤੇ ਉਹ ਕਹਿੰਦਾ ਹਾਂ ਕਹਿੰਦਾ ਕਹਿੰਦਾ ਇਹ ਟੋਕਰਾ ਤਾਂ ਚਮਕਣ ਲੱਗ ਗਿਆ ਇਹ ਪਹਿਲਾਂ ਤਾਂ ਬੜਾ ਹੀ ਦੰਦਾ ਸੀ ਇਹ ਤਾਂ ਮੈਂ ਦੇਖਿਆ ਹੀ ਨਹੀਂ ਸੋ ਇਹ ਜਿਹੜੀਆਂ ਕਾਨਫਰੰਸਾਂ 2009 ਤੋਂ ਹੋ ਰਹੀਆਂ ਨੇ ਇਹਨਾਂ ਕਾਨਫਰੰਸਾਂ ਦੀ ਵਜ੍ਹਾ ਕਰਕੇ ਇੱਥੇ ਕਿੰਨੇ ਸ਼ਾਇਰ ਪੈਦਾ ਹੋ ਗਏ ਨੇ ਕਿੰਨੇ ਲੇਖਕ ਬਣ ਗਏ ਨੇ ਔਰ ਕੱਲੇ ਹੀ ਨਹੀਂ ਪਿੱਛੇ ਦੇਸ਼ ਵਿੱਚ ਵੀ ਪਾਕਿਸਤਾਨ ਦੇ ਵਿੱਚ ਵੀ ਔਰ ਦੂਸਰੇ ਦੇਸ਼ਾਂ ਵਿੱਚ ਵੀ ਬਹੁਤ ਸਾਰੇ ਪੰਜਾਬੀ ਸ਼ਾਇਰ ਐਸੇ ਆ ਗਏ ਆ ਰਹੇ ਨੇ ਨਵੇਂ ਬਹੁਤ ਸਾਰੇ ਲੇਖਕ ਨਵੇਂ ਆ ਰਹੇ ਨੇ ਬਹੁਤ ਸਾਰੇ ਕ੍ਰਿਟਿਕਸ ਨਵੇਂ ਆ ਰਹੇ ਨੇ ਬਹੁਤ ਸਾਰੇ ਐਸੈਸਟ ਜਿਹੜੇ ਉਹ ਨਵੇਂ ਆ ਰਹੇ ਨੇ ਨਵੀਆਂ ਸੋਚਾਂ ਲੈ ਕੇ ਆ ਰਹੇ ਨੇ ਉਹ ਇਹਨਾਂ ਕਾਨਫਰੰਸਾਂ ਦਾ ਅਸਰ ਹੈ ਕਿਉਂਕਿ ਉਹਨਾਂ ਦੇ ਮਨ ਅੰਦਰ ਕਿਤਨਾ ਕਿਤੇ ਇਹ ਚਾਹ ਹੁੰਦਾ ਕਿ ਸ਼ਾਇਦ ਸਾਨੂੰ ਜਿਹੜੀ ਬ੍ਰੈਂਟਨ ਵਾਲੀ ਜਾਂ ਟੋਰਾਂਟੋ ਵਾਲੀ ਜਿਹੜੀ ਕਾਨਫਰੰਸ ਆ ਉਹਦੇ ਵਿੱਚ ਜਾ ਕੇ ਬੋਲਣ ਦਾ ਮੌਕਾ ਮਿਲ ਸਕੇ ਤੇ ਮੈਸਰੋਟੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਾਂ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਇਸ ਕਹਾਣੀ ਤੋਂ ਕਿ ਸਾਡੇ ਮਨਾਂ ਤੇ ਤੇ ਸਾਡੇ ਦਿਮਾਗਾਂ ਤੇ ਜਿਹੜੀ ਧੂੜ ਜੰਮ ਜਾਂਦੀ ਹੈ ਨਾ ਉਹ ਉਤਰ ਜਾਂਦੀ ਹੈ ਇਹਨਾਂ ਕਾਨਫਰੰਸਾਂ ਨੂੰ ਅਟੈਂਡ ਕਰਨ ਲਈ ਮੇਰੇ ਕੋਲ ਇਹਦਾ ਐਵੀ ਵਰਜ਼ਨ ਹੈ ਕਿ ਉਹ ਜਿਹੜੇ ਸਾਈਡ ਜਿਹੜਾ ਉਹਨੂੰ ਕਹਿੰਦਾ ਹੁਣ ਤੂੰ ਜਾ ਕੇ ਦੇਖ ਉਹ ਰਸਤਾ ਜਿੱਦੇ ਤੇ ਤੂੰ ਆਇਆ ਸੀ ਹਾਂ ਬਿਲਕੁਲ ਉਹ ਜਾਂਦਾ ਹੈ ਤੇ ਉਹਦੇ ਤੇ ਸਾਰੇ ਫੁੱਲ ਲੱਗੇ ਉਹ ਕਹਿੰਦਾ ਕਿ ਉਹ ਜਿਹੜਾ ਪਾਣੀ ਜਿਹਨੂੰ ਤੂੰ ਸਮਝਦਾ ਸ ਹੈ ਕਿ ਜ਼ਾਇਆ ਹੈ ਔਰ ਬੇਕਾਰ ਹੈ ਉਹ ਨਾ ਜ਼ਾਇਆ ਹੋਇਆ ਹੈ ਨਾ ਬੇਕਾਰ ਹੋਇਆ ਹੈ ਤੇਰੀ ਇਸ ਐਫਰਟ ਦੀ وجہ ਨਾਲ ਇਕ ਤੇ ਚਮਕ ਗਿਆ ਹੈ ਹਾਂ ਔਰ ਦੂਸਰਾ ਦੇਖ ਕੇ ਸਾਰਾ ਰਸਤਾ ਕਿਸ ਕਦਰ ਖੂਬਸੂਰਤ ਹੋ ਗਿਆ ਹੈ ਵਾਹ ਬਸ ਸਰ ਜੀ ਬਸ ਇਹੀ ਗੱਲ ਮੈਨੂੰ ਤੁਹਾਡੀ ਚੰਗੀ ਲੱਗਦੀ ਹੈ ਕਿ ਤੁਸੀਂ ਮੇਰੀ ਗੱਲ ਕੰਪਲੀਟ ਹੋਣ ਤੋਂ ਪਹਿਲਾਂ ਉਹਨੂੰ ਇੰਨੀ ਵਧੀਆ ਤਰੀਕੇ ਨਾਲ ਫੜ ਲੈਂਦੇ ਹੋ ਵਾਕਈ ਸਹੀ ਗੱਲ ਇਹੀ ਗੱਲ ਹੈ ਕਿ ਕਿੰਨੇ ਸ਼ਾਇਰ ਹੋਰ ਪੈਦਾ ਹੋਗੇ ਜੀ ਉਹਨਾਂ ਫੁੱਲਾਂ ਵਾਂਗੂ ਔਰ ਸਾਡੇ ਕੋਲੋਂ ਹਿੰਦੁਸਤਾਨ ਦੇ ਵਿੱਚੋਂ ਜਦੋਂ ਸਾਡੇ ਵਿਦਵਾਨ ਦੋਸਤ ਆਉਂਦੇ ਨੇ ਕੋਈ ਡਾਕਟਰ ਹੈ ਪੀ ਐਚ ਡੀਜ਼ ਨੇ ਵਾਈਸ ਚਾਂਸਲਰਸ ਨੇ রাইਟ ਜਿਵੇਂ ਹੁਣ ਵੀ ਹੁਣੇ ਇੱਕ ਬੋਲ ਕੇ ਕਹੇ ਨੇ ਆਪਣੇ ਨਾਲ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਦੋਸਤ ਜਿਹੜੇ ਉੱਥੋਂ ਦੇ ਵਿਦਵਾਨ ਆਉਂਦੇ ਨੇ ਤੇ ਸਾਡੇ ਮਨਾਂ ਦੇ ਵਿੱਚ ਜਿਹੜਾ ਪੁਰਾਣੇ ਜ਼ਮਾਨੇ ਦੀ ਧੂੜ ਹੁੰਦੀ ਹੈ ਨਾ ਉਹ ਵੀ ਉੱਤਰ ਜਾਂਦੀ ਹੈ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਨਵੀਂ ਸੋਚ ਜਿਹੜੀ ਹੈ ਉਹ ਕਿੱਥੇ ਖੜੀ ਹੈ ਤੇ ਅਸੀਂ ਮੈਂ ਕਹਿੰਨਾ ਹਾਂ ਅਕਸਰ ਸਟੇਜ ਤੋਂ ਕਿ ਜਿਵੇਂ ਪੇਖਿਆਂ ਤੋਂ ਆਉਂਦਾ ਨਾ ਬੜੀ ਦੇਰ ਬਾਅਦ ਕੋਈ ਕੁੜੀ ਨੂੰ ਮਿਲਣ ਵਾਸਤੇ ਤੇ ਸਾਰੇ ਘਰ ਦੇ ਵਿੱਚ ਚਾਹ ਹੀ ਫੈਲਿਆ ਹੁੰਦਾ ਕੋਈ ਉਸ ਕੁੜੀ ਦਾ ਚਾਹ ਨਹੀਂ ਵੇਖ ਸਕਦਾ ਤੇ ਤੁਸੀਂ ਇਹ ਕਾਨਫਰੈਂਸ ਦੀ ਜਿਹੜੀ ਸਾਡੀ ਟੀਮ ਚੱਠਾ ਸਾਹਿਬ ਨੇ ਹੋਰ ਜਿੰਨੇ ਵੀ ਦੋਸਤ ਨੇ ਥਿਆੜਾ ਸਾਹਿਬ ਨੇ ਸੰਤੋਖ ਸੰਧੂ ਆ ਹੋਰ ਜਿੰਨੇ ਵੀ ਦੋਸਤ ਨੇ ਤੁਸੀਂ ਇਹਨਾਂ ਦੇ ਚਿਹਰੇ ਉੱਤੇ ਉਹ ਚਾਹ ਵੇਖੋ ਕਿੰਨਾ ਹੈ ਸਾਨੂੰ ਬੜਾ ਇਸ ਗੱਲ ਦਾ ਚਾਹ ਹੈਗਾ ਕਿ ਸਾਡੇ ਦੋਸਤ ਜਿਹੜੇ ਦੂਸਰੇ ਦੇਸ਼ਾਂ ਤੋਂ ਆ ਕੇ ਸਾਡੇ ਨਾਲ ਗੱਲਬਾਤ ਸਾਂਝੀ ਕਰਨਗੇ ਸਾਡੇ ਇੱਥੇ ਦੇ ਟੋਰਾਂਟੋ ਦੇ ਇੱਥੇ ਦੇ ਵਿਦਵਾਨਾਂ ਦੇ ਨਾਲ ਗੱਲ ਕਰਨਗੇ ਔਰ ਨਵੀਂ ਸੋਚ ਜਿਹੜੀ ਪੈਦਾ ਹੋਏਗੀ ਔਰ ਲਿਖਣ ਕਲਾ ਦੇ ਵਿੱਚ ਵੀ ਨਵੀਨਤਾ ਆਏਗੀ ਸਾਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੁੰਦਾ ਸਭ ਤੋਂ ਵੱਡਾ ਆਖਰੀ ਫਾਇਦਾ ਮੈਂ ਦੱਸਣਾ ਚਾਹੁੰਦਾ ਕਿ ਯੂਨੀਵਰਸਟੀਆਂ ਦੇ ਵਿੱਚ ਪਿੰਨਾ ਪ੍ਰਵਾਸੀ ਲੇਖਕਾਂ ਨੂੰ ਜਿਨ੍ਹਾਂ ਜਿਹੜੇ ਅਸੀਂ ਬਾਹਰਲੇ ਦੇਸ਼ਾਂ ਦੇ ਲੇਖ ਹੈ ਜਿਨ੍ਹਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਸੀ ਉਹਨਾਂ ਦੀ ਕੋਈ ਬੜੀ ਕਦਰ ਨਹੀਂ ਸੀ ਹੁੰਦੀ ਉਹ ਕਹਿੰਦੇ ਭੂ ਫੇਰਵੇ ਦੀਆਂ ਕਵਤਾਵਾਂ ਲਿਖਦੇ ਨੇ ਜਾਂ ਕਹਾਣੀਆਂ ਲਿਖਦੇ ਨੇ ਪਰ ਅੱਜ ਉਹ ਸਮਾਜ ਬਦਲ ਚੁੱਕਾ ਅੱਜ ਅਸੀਂ ਭੂ ਰੇਵੇ ਵਿੱਚ ਨਹੀਂ ਹੈ ਕੈਨੇਡਾ ਵੀ ਸਾਡਾ ਘਰ ਬਣ ਗਿਆ ਅਸੀਂ ਇੱਥੇ ਸੈਟਲ ਹੋ ਕੇ ਲਿਖ ਰਹੇ ਹਾਂ ਔਰ ਇੱਥੇ ਦੀਆਂ ਸਮੱਸਿਆਵਾਂ ਨਾਲ ਦੋ ਚਾਰ ਹੋ ਕੇ ਲਿਖ ਰਹੇ ਹਾਂ ਇਹੀ ਕਾਰਨ ਹੈ ਕਿ ਅੱਜ ਹਿੰਦੁਸਤਾਨੀਆ ਯੂਨੀਵਰਸਿਟੀਆਂ ਦੇ ਵਿੱਚ ਔਰ ਪਾਕਿਸਤਾਨੀਆ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬੀ ਦੀ ਕਦਰ ਹੋਣ ਲੱਗੀ ਹੈ ਔਰ ਪ੍ਰਵਾਸੀ ਲੇਖਕਾਂ ਦੀ ਕਦਰ ਹੋਣ ਲੱਗੀ ਉਹਨਾਂ ਵਾਸਤੇ ਸਪੈਸ਼ਲ ਪੇਪਰ ਬਣ ਗਏ ਨੇ ਸਪੈਸ਼ਲ ਸੈਂਟਰ ਬਣ ਗਏ ਨੇ ਸਪੈਸ਼ਲ ਡਿਪਾਰਟਮੈਂਟਸ ਬਣ ਗਏ ਨੇ ਮੀਨਜ਼ ਜਿਹੜੇ ਇਗਨੋਰ ਹੋਏ ਹੋਏ ਸੀਗੇ ਉਹ ਹੁਣ ਰਿਸਪੈਕਟਡ ਹੋ ਗਏ ਐ ਇਹ ਇਨ੍ਹਾਂ ਕਾਨਫਰੰਸਾਂ ਦੀ ਦੇਣ ਹੈ ਕਿਉਂਕਿ ਉੱਥੇ ਦੀਆਂ ਯੂਨੀਵਰਸਿਟੀਆਂ ਨੂੰ ਸਕੂਲਾਂ ਨੂੰ ਕਾਲਜਾਂ ਨੂੰ ਇਹ ਪਤਾ ਲੱਗਿਆ ਕਿ ਜਿਹੜੇ ਜਿਹੜੇ ਲੇਖਕ ਬਾਹਰਲੇ ਦੇਸ਼ਾਂ ਵਿੱਚ ਬੈਠੇ ਨੇ ਉਹ ਹੁਣ ਸੀਰੀਅਸਲੀ ਪੰਜਾਬੀ ਮਾਂ ਬੋਲੀ ਬਾਰੇ ਪੰਜਾਬੀ ਸਾਹਿਤ ਬਾਰੇ ਪੰਜਾਬੀ ਸੱਭਿਆਚਾਰ ਬਾਰੇ ਔਰ ਪੰਜਾਬੀ ਦੀ ਸਮੂਹ ਤਰੱਕੀ ਬਾਰੇ ਜਿਹੜੀ ਉਹ ਗੱਲ ਕਰ ਰਹੇ। ਜੀ ਚੱਟਾ ਸਾਹਿਬ ਇਸ ਪੂਰੇ ਪ੍ਰੋਗਰਾਮ ਦਾ ਖਾਸ ਤੌਰ ਦੇ ਉੱਤੇ ਇਹ ਬਹੁਤ ਵੱਡਾ ਫਾਇਦਾ ਹੈ ਕਿ ਬਹੁਤ ਸਾਰੇ ਸੁਜਵਾਨ ਆਂਦੇ ਨੇ ਇੰਟਰੈਕਸ਼ਨ ਹੁੰਦੀ ਹੈ ਕਲਚਰਲ ਐਕਸਪ੍ਰੈਸ਼ਨ ਹੁੰਦਾ ਹੈ ਬਹੁਤ ਸਾਰੇ ਲੋਕ ਆਪਣਾ ਕੰਮ ਸਾਂਝਾ ਕਰਨਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਇਸ ਤਰ੍ਹਾਂ ਦਾ ਕੋਈ ਉਹਨਾਂ ਨੂੰ ਅ ਜਗਾ ਮਿਲੇ ਜਿੱਤੇ ਤੇ ਉਹ ਜਾਣਦੇ ਤੋਂ ਤੁਹਾਡੇ ਨਾਲ ਕਿਸ ਤਰ੍ਹਾਂ ਰابطਾ ਕੀਤਾ ਜਾ ਸਕਦਾ ਪੋਸੀਬਲ ਹੈ ਨਹੀਂ ਪੋਸੀਬਲ ਬਿਲਕੁਲ ਸਰਨਾਵ ਰਾਫਸਾ ਦੇ ਕਿਸੇ ਵੇਲੇ ਵੀ ਕੀਤਾ ਆ ਜਦਾ ਜਿਹੜੀ ਪੇਰਾ ਫਾਇਦੇ ਦੀ ਗੱਲ ਕਰਦੇ ਸੀਗੇ ਫਾਇਦਾ ਇੱਕ ਤਮੈ ਤੁਹਾਨੂੰ ਦੱਸ ਦਿੰਨਾ ਹੈਗਾ ਵਾ ਵੀ ਜਿਹੜੇ ਵੀ ਇਹਦੇ ਵਿੱਚ ਪਾਰਟਿਸਪੇਟ ਕਰਦੇ ਆ ਨਾ ਜੀ ਉਹਨਾਂ ਦੇ ਵਿੱਚ ਸੁਧਾਰ ਆਉਂਦਾ ਉਹਨਾਂ ਦੀ ਪਰਸਨੈਲਿਟੀ ਡਵੈਲਪ ਹੁੰਦੀ ਹੈ ਤੇ ਵਧੀਆ ਸਿਹਤ ਲੇਖ ਹੁੰਦਾ ਹੈਗਾ ਤੇ ਉਦੋਂ ਬਾਅਦ ਆ ਜਿਹੜੇ ਮੇਰੇ ਵਾਲੀ ਗੱਲ ਦੱਸੋ ਇੱਕ ਸਬੰਧ ਬੜੇ ਵਧੀਆ ਬਣਦੇ ਆ ਪ੍ਰਬੰਧਕਾਂ ਦੇ ਲੇਖਾਂ ਨਾਲ ਲੇਖਾਂ ਦੇ ਆਪਸ ਵਿੱਚ ਜਿਹੜਾ ਕਿ ਸਾਰੀ ਦੁਨੀਆ ਵਿੱਚ ਪਹਿਲਾਂ ਸਾਨੂੰ 10-12 ਸਾਲ ਪਹਿਲਾਂ ਬਹੁਤ ਘੱਟ ਬੰਦੇ ਜਾਣਦੇ ਹੋਣਗੇ ਅੱਜ ਕੱਲ ਹੁਣ ਜਿੰਨੇ ਵੀ ਦੁਨੀਆ ਵਿੱਚ ਪੰਜਾਬੀ ਕੋਈ ਰਾਈਟਰ ਹੈਗਾ ਕੋਈ ਚੰਗਾ ਕਵੀ ਕੋਈ ਮਾੜਾ ਕਵੀ ਹਰੇਕ ਨੂੰ ਪਤਾ ਹੈ ਨਾ ਵੀ ਇੱਥੇ ਵਰਲਡ ਪੰਜਾਬੀ ਕਾਨਫਰੰਸ ਹੋ ਰਹੀਆਂ ਹੈਗੀਆਂ ਇਹਦੇ ਲਈ ਕਿਸੇ ਨੇ ਪਾਰਟਿਸਿਪੇਟ ਕਰਨਾ ਹੋਵੇ ਉਹਦੇ ਲਈ 416 587 7000 ਸਾਡੇ ਸੰਤੋਖ ਸਿੰਘ ਜੀ ਜਿਹੜੇ ਪ੍ਰਧਾਨ ਨੇ ਅੰਟਾਰੀਓ ਫਰੈਂਡਸ ਕਲੱਬ ਬ੍ਰੈਮਟਨ ਦੇ ਉਹਨਾਂ ਨਾਲ ਤੁਸੀਂ ਕਾਲ ਕਰਕੇ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਉੱਥੇ ਤੁਸੀਂ ਆ ਵੀ ਸਕਦੇ ਹੋ ਪੇਪਰ ਲਿਖਣ ਜੋਗਾ ਦਾ ਟਾਈਮ ਤੁਹਾਨੂੰ ਸ਼ਾਇਦ ਹੁਣ ਨਾਲ ਤੁਹਾਨੂੰ ਮਿਲੇ ਪਰ ਤੁਸੀਂ ਇੱਕ ਹਫਤਾ ਵਿੱਚ ਕਿਸੇ ਨੇ ਪਾਰਟਿਸਿਪੇਟ ਕਰਨਾ ਹੋਵੇ ਤੇ ਉਹ ਆਪਜੀ ਨਾਲ ਜਾਂ ਪਿਆਰਾ ਸਿੰਘ ਜੀ ਕੁਦਦਵਾਲ ਸਾਹਿਬ ਦੇ ਨਾਲ ਉਹਨਾਂ ਨਾਲ ਸੰਪਰਕ ਜ਼ਰੂਰ ਕਰ ਸਕਦੇ ਹੈਗੇ ਆ ਤੇ ਟੈਲੀਫੋਨ ਤੁਸੀਂ ਮੈਂ ਡਿਸਪਲੇ ਕਰੀ ਦੇਵਾਂਗੇ ਆਪੋ ਆਪਣੇ ਤੁਸੀਂ ਕੋਈ ਆਖਰੀ ਮੈਸੇਜ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ ਸਾਡੇ ਟੈਲੀਵਿਜ਼ਨ ਦੇ ਥਰੂ ਮੈਂ ਸੇ ਕੋਈ ਬੇਨਤੀ ਕਰੂੰਗਾ ਵੀ 23 24 25 ਜੂਨ ਨੂੰ ਉੱਥੇ ਆਓ ਤੁਹਾਨੂੰ ਘਟੋ ਘਟ ਆਪਣੇ ਆਪ ਤੇ ਮਾਣ ਵੀ ਹੋਊਗਾ ਤੁਸੀਂ ਨਵਾਂ ਕੁਝ ਗਿਆਨ ਵੀ ਉੱਥੇ ਲੈ ਕੇ ਜਾਓਗੇ ਪਿਆਰੇ ਸਿੰਘ ਸਾਹਿਬ ਤੁਸੀਂ ਕੋਈ ਸਾਡੇ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਮੇਰੀ ਵੀ ਆਪਣੇ ਦਰਸ਼ਕਾਂ ਨੂੰ ਇਹੀ ਬੇਨਤੀ ਰਹੇਗੀ ਕਿ ਕਾਨਫਰੰਸ ਦੇ ਬਾਹਰ ਰਹਿ ਕੇ ਫਾਇਦਾ ਨਹੀਂ ਹੋਣਾ ਉਵੇਂ ਇਸੇ ਤਰ੍ਹਾਂ ਹੈ ਜਿਵੇਂ ਸਮੁੰਦਰ ਤੇ ਜਾ ਕੇ ਅਗਰ ਤੁਸੀਂ ਸਮੁੰਦਰ ਵਿੱਚ ਤੈਰੀ ਨਹੀਂ ਲਾਉਦੇ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਸਮੁੰਦਰ ਦਾ ਪਾਣੀ ਕਿਸ ਤਰ੍ਹਾਂ ਦਾ ਸੋ ਕਾਨਫਰੰਸ ਦੇ ਅੰਦਰ ਆ ਕੇ ਹੀ ਤੁਸੀਂ ਕਾਨਫਰੰਸ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਦਾ ਜਿਹੜਾ ਮੈਸੇਜ ਆ ਔਰ ਉਹਦੇ ਵਿੱਚ ਜਿਹੜਾ ਗਿਆਨ ਵੰਡਿਆ ਜਾ ਰਿਹਾ ਉਸ ਨੂੰ ਅਰਜਿਤ ਕਰ ਸਕਦੇ ਹੋ ਤੇ ਮੇਰੀ ਬੇਨਤੀ ਹੋਊਗੀ ਸਾਰੇ ਦਰਸ਼ਕਾਂ ਨੂੰ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਇਹ 23 24 25 ਨੂੰ ਜਰੂਰ ਉਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਵੋ ਔਰ ਇਸ ਸਮੇਂ ਦਾ ਤੁਸੀਂ ਫਾਇਦਾ ਉਠਾਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਸੀਂ ਤਸ਼ਰੀਫ ਲੈ ਆਏ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਆਪਣੇ ਪੰਜਾਬੀ ਕਾਨਫਰੰਸ ਦੇ ਬਾਰੇ ਵਿੱਚ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਮਿਹਰਬਾਨੀ ਥੈਂਕ ਯੂ ਦਰਸ਼ਕੋ ਪੰਜਾਬੀ ਕਾਨਫਰੰਸ ਇੱਕ ਪੂਰਾ ਪੰਜਾਬੀ ਕਲਚਰ ਤੁਹਾਡੇ ਵਾਸਤੇ ਲੈ ਕੇ ਆ ਰਹੀ ਏ ਇੱਕ ਕਹਾਵਤ ਏ ਕਿ ਤੁਸੀਂ ਸਹਬਤ ਨਾਲ ਸਿੱਖਦੇ ਹੋ ਬੜੀ ਐਸੀ ਚੀਜ਼ਾਂ ਉਹ तमाम ਚੀਜ਼ਾਂ ਜਿਹੜੀਆਂ ਤੁਸੀਂ ਕਿਸੇ ਵੀ ਲਿਖਾਈ ਦੇ ਵਿੱਚ ਨਹੀਂ ਸਮਝ ਸਕਦੇ ਹੋ ਤੁਸੀਂ ਸੋਭਤ ਤੇ ਜਾ ਕੇ ਸਮਝਦੇ ਹੋ ਕਿਉਂਕਿ ਇੱਕ ਨਾਲ ਬਹੁਤ ਸਾਰੇ ਐਸੇ ਲੋਕ ਤੁਹਾਡੇ ਏਧ-ਗਿਧ ਮੌਜੂਦ ਹੁੰਦੇ ਨੇ ਜਿਨ੍ਹਾਂ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਕਿ ਬਹੁਤ ਮੁxtਲਫ ਹੁੰਦੀਆਂ ਨੇ ਔਰ ਉਹ ਤੁਹਾਡੀ ਬ੍ਰੇਨ ਨੂੰ ਓਪਨ ਕਰਦੀਆਂ ਨੇ ਸੋਚਣ ਲਈ ਸੋ ਇਹਨਾਂ ਕਾਨਫਰੰਸਸ ਦਾ ਬੇਸਿਕਲੀ ਮਕਸਦ ਹੁੰਦਾ ਹੈ ਕਿ ਤੁਸੀਂ ਬੈਠੋ ਬੈਠ ਕੇ ਖਿਆਲਾਂ ਦਾ ਐਕਸਚੇਂਜ ਕਰੋ ਉਹਦੇ ਨਾਲ-ਨਾਲ ਤੁਹਾਨੂੰ ਜਿਹੜਾ ਉਹਦਾ ਹਿੱਸਾ ਪਸੰਦ ਏ ਜਿਹੜਾ ਤੁਸੀਂ ਸਮਝਦੇ ਹੋ ਕਿ ਤੁਸੀਂ ਤੁਹਾਨੂੰ ਉਹ ਜ਼ਿਆਦਾ ਬਿਹਤਰ ਤਰੀਕੇ ਵਿੱਚ ਤੁਸੀਂ ਉਹਦੇ ਨਾਲ ਪਾਰਟਿਸਿਪੇਟ ਕਰ ਸਕਦੇ ਹੋ ਉਹਦੇ ਚਾਓ 23 24 25 ਜੂਨ ਨੂੰ ਕਵੀ ਦਰਬਾਰੇ ਕਲਚਰਲ ਐਕਸਪ੍ਰੈਸ਼ਨ ਦੇ ਤੁਹਾਨੂੰ ਉੱਥੇ ਬਹੁਤ ਸਾਰੇ ਬ੍ਰੇਨਸਟਾਰਮਿੰਗ ਦੇ ਬਹੁਤ ਸਾਰੇ ਪ੍ਰੋਫੈਸਰ ਹਜ਼ਰਤ ਬਹੁਤ ਸਾਰੇ ਬਹੁਤ ਸਾਰੇ गुलदस्ता मौजूद है और तीन आओ और आके शामिल होवो और खुशबू देजॉय करो आज का है पंजाब रंग साढ़े देखा बहुत बहुत शुक्रिया